ਹਾਂ ਬਈ ਸੁਣੋ ਗੌਰ ਨਾਲ, ਸਵਾਮੀ ਜੀ ਮਹਾਰਾਜ ਦੀ ਬਾਣੀ ਤੁਹਾਡੇ ਅੱਗੇ ਰੱਖੀ ਜਾਂਦੀ ਹੈ। ਗੌਰ ਨਾਲ ਸ਼ਬਦ ਸੁਣਨ ਵਾਲਾ ਹੈ। ਇਨਸਾਨੀ ਜਾਮੇ ਦੀ ਸਭ ਮਹਾਤਮਾ ਨੇ ਤਾਰੀਫ ਕੀਤੀ ਹੈ, ਉੱਤਮ ਕਿਹਾ ਹੈ, ਕਿਉਂਕਿ ਪਸ਼ੂ ਪੰਛੀਆਂ ਨੂੰ ਪ੍ਰਭੂ ਭਗਤੀ ਕਰਨ ਦਾ ਮੌਕਾ ਨਹੀਂ ਮਿਲਦਾ। ਉਹ ਭੋਗ ਜੁਨੀਆਂ ਹਨ। ਇਨਸਾਨ ਨੂੰ ਇਹ ਮੌਕਾ ਦਿੱਤਾ ਗਿਆ ਹੈ। ਕਬੀਰ ਸਾਹਿਬ ਕਹਿੰਦੇ ਆ, ਦੇਵੀ ਦੇਵਤੇ ਵੀ ਇਨਸਾਨ ਦੇ ਜਾਮੇ ਨੂੰ ਲੋਚਦੇ ਹੈ ਕਿ ਸਾਨੂੰ ਇਨਸਾਨ ਦਾ ਜਾਮਾ ਮਿਲੇ, ਅਸੀਂ ਨਾਮ ਭਗਤੀ ਕਰੀਏ, ਗੁਰੂ ਭਗਤੀ ਕਰੀਏ, ਅਸੀਂ ਜੰਮਣ ਮਰਨ ਦੇ ਦੁੱਖਾਂ ਤੋਂ ਉੱਪਰ ਉੱਠ ਖੜੀਏ, ਅਸੀਂ ਦੇਵਤਿਆਂ ਨੂੰ ਸ੍ਰੇਸ਼ਟ ਸਮਝਦੇ ਹਾਂ, ਉੱਤਮ ਸਮਝਦੇ ਹਾਂ। ਲੇਕਿਨ ਇਨਸਾਨ ਦੇ ਜਾਮੇ ਨੂੰ ਦੇਵਤੇ ਵੀ ਲੋਚਦੇ ਹੈ, ਕਿਉਂਕਿ ਸਵਰਗਾਂ ਦੇ ਵਿੱਚ ਵੀ ਮੌਤ ਔਰ ਪੈਦਾਇਸ਼ ਹੈ, ਹੀਰਸ਼ਾ ਹੈ। ਇੱਥੇ ਅਸਥੂਲ ਤਨ ਦੇ ਵਿੱਚ ਦੁਖੀ ਹੈ, ਉੱਥੇ ਸੂਖਸ਼ਮ ਤਨ ਦੇ ਵਿੱਚ ਦੁਖੀ ਹੈ। ਇਸ ਵਾਸਤੇ ਨਾਮ ਭਗਤੀ ਜੋ ਹੈ, ਗੁਰੂ ਭਗਤੀ ਜੋ ਹੈ, ਉਹ ਹੀ ਸਾਨੂੰ ਇਹਨਾਂ ਬੰਧਨਾਂ ਤੋਂ ਆਜ਼ਾਦ ਕਰ ਦਿੰਦੀ ਹੈ। ਸੋ ਗੌਰ ਨਾਲ ਆਪ ਸੁਣੋ, ਸਵਾਮੀ ਜੀ ਮਹਾਰਾਜ ਦੀ ਬਾਣੀ ਹੈ। ਆਪ ਪਿਆਰ ਨਾਲ ਕਹਿੰਦੇ ਹੈ ਕਿ ਇਨਸਾਨ ਦਾ ਜਾਮਾ ਕੋਈ ਸੌਖਾ ਜਿਹਾ ਨਹੀਂ ਮਿਲਿਆ, ਕਰੋੜਾਂ ਜਨਮ ਪਟਕਾ ਖਾ ਕੇ ਸਾਨੂੰ ਇਹ ਮਿਲਿਆ ਹੈ। ਕੋਈ ਨਹੀਂ ਕਹਿ ਸਕਦਾ ਦੁਨੀਆ ਕਦ ਬਣੀ, ਕੋਈ ਇਹ ਵੀ ਨਹੀਂ ਕਹਿ ਸਕਦਾ ਗਾ ਕਿ ਮੈਂ ਕਿਤਨੇ ਜਾਮਿਆਂ ਵਿੱਚ ਇਹਦੂ ਪਹਿਲਾਂ ਫਿਰਿਆ ਆਇਆ ਹੈ, ਕਿੰਨਿਆਂ 'ਚ ਫੇਰ ਬਗੈਰ ਭਗਤੀ ਤੋਂ ਜਾਣਾ ਹੈ। ਪਤਾ ਨਹੀਂ ਕਿੰਨੇ ਕੁ ਅਸੀਂ ਪਰਿਵਾਰ ਬਣਾਏ, ਕਿੰਨੇ ਕੁ ਛੱਡੇ, ਕਿੰਨੇ ਕੁ ਪਿਤਾ ਬਣਾਏ, ਕਿੰਨਿਆਂ ਦੇ ਅਸੀਂ ਬਣੇ, ਕਿਤਨੀਆਂ ਪਤਨੀਆਂ ਬਣਾਈਆਂ, ਕਿੰਨਿਆਂ ਦੀਆਂ ਅਸੀਂ ਬਣੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਬੀਰ ਸਾਹਿਬ ਕਹਿੰਦੇ ਹੈ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋ ਆਏ। ਹੇ ਪ੍ਰਭੂ, ਅਨੇਕਾਂ ਵਾਰੀ ਅਸੀਂ ਗਰਭ ਦੇ ਵਿੱਚ ਆਏ, ਕਦੇ ਪਸ਼ੂ ਪੰਛੀਆਂ ਦੇ ਵੀ ਮਾਂ ਦੇ ਪੇਟ ਵਿੱਚ ਆਉਣਾ ਪੈਂਦਾ ਹੈ, ਡੰਗਰਾਂ ਤਦ ਵੀ ਆਉਣਾ ਪੈਂਦਾ ਹੈ। ਇਨਸਾਨ ਤੋਂ ਸਭ ਇੱਕੇ ਤਰੀਕੇ ਨਾਲ ਹੀ ਅਸੀਂ ਜਨਮ ਲੈਂਦੇ ਹਾਂ, ਮਾਂ ਦੇ ਪੇਟ ਵਿੱਚ ਵੀ ਆਉਣਾ ਪੈਂਦਾ ਹੈ, ਕੁਛ ਅਰਸਾ ਉੱਥੇ ਕੈਦ ਵੀ ਕੱਟਣੀ ਪੈਂਦੀ ਹੈ, ਫਿਰ ਕਿਤੇ ਆਜ਼ਾਦੀ ਮਿਲਦੀ ਹੈ, ਜਾਂ ਥੋੜ੍ਹਾ ਜਿਹਾ ਬਾਹਰ ਆਉਂਦੇ ਹਾਂ ਫਿਰ ਮੌਤ ਆ ਜਾਂਦੀ ਹੈ। ਤੋ ਕਬੀਰ ਸਾਹਿਬ ਕਹਿੰਦੇ ਆ, ਅਨੇਕਾਂ ਹੀ ਅਸੀਂ ਘਰ ਵਸਾ ਵਸਾ ਕੇ ਚਲੇ ਜਾਂਦੇ ਹਾਂ। ਸੋ ਇਹ ਕਿਉਂ ਹੈ, ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਇਨਸਾਨ ਦਾ ਜਾਮਾ ਬੜਾ ਅਮੁੱਲ ਅਵਸਰ ਹੁੰਦਾ ਹੈ, ਇਹ ਬਾਜੀ ਜਿੱਤਣ ਦਾ ਹੁੰਦਾ ਹੈ, ਇਹ ਮੌਕਾ ਵਾਰ ਵਾਰ ਨਹੀਂ ਮਿਲਦਾ ਗਾ। ਅਗਰ ਅਸੀਂ ਇਸ ਦੇ ਵਿੱਚ ਬੈਠ ਕੇ ਨਾਮ ਦੀ ਭਗਤੀ ਕਰਦੇ ਹਾਂ, ਸ਼ਬਦ ਦੀ ਕਮਾਈ ਕਰਦੇ ਹਾਂ, ਅਸੀਂ ਇਨਸਾਨ ਦੇ ਜਾਮੇ ਤੋਂ ਤਰੱਕੀ ਕਰ ਜਾਂਦੇ ਹਾਂ, ਪ੍ਰਭੂ ਨੂੰ ਮਿਲ ਜਾਂਦੇ ਹਾਂ, ਜੰਮਣ ਮਰਨ ਦੇ ਕਸ਼ਟ ਤੋਂ ਮੌਤ ਔਰ ਪੈਦਾਇਸ਼ ਦੀ ਦੁਨੀਆ 'ਚੋਂ ਉੱਪਰ ਚਲੇ ਜਾਂਦੇ ਹਾਂ। ਅਗਰ ਜਾਨਵਰਾਂ ਵਾਲੇ ਕੰਮ ਪਸ਼ੂਆਂ ਵਾਲੇ ਕਰਦੇ ਹਾਂ,
ਅਸੀਂ ਉਹਨਾਂ ਦੇ ਜਾਮਿਆਂ ਵਿੱਚ ਆ ਕੇ ਜਨਮ ਲੈ ਲੈਂਦੇ ਹਾਂ। ਸੋ ਸਵਾਮੀ ਜੀ ਮਹਾਰਾਜ ਬੜਾ ਪਿਆਰ ਨਾਲ ਇਹ ਸ਼ਬਦ ਦੇ ਵਿੱਚ ਇਨਸਾਨੀ ਜਾਮੇ ਦੇ ਫਾਇਦੇ ਦੱਸਦੇ ਹੈ, ਗੁਰੂ ਭਗਤੀ ਦੇ ਫਾਇਦੇ ਦੱਸਦੇ ਹੈ, ਔਰ ਅੱਛੀ ਤਰ੍ਹਾਂ ਸਾਨੂੰ ਸਮਝਾਉਂਦੇ ਹੈ ਜੀ। ਉਪਦੇਸ਼ ਸਤਿਗੁਰ ਭਗਤੀ ਕਾ, ਬਚਨ ਸੋਲਵਾਂ, ਸ਼ਬਦ ਪਹਿਲਾ, ਸਾਰ ਬਚਨ ਪੰਨਾ 127, ਸੰਤਾਂ ਦੀ ਬਾਣੀ ਪੰਨਾ 24। ਇਹ ਤਾਨ ਦੁਰਲਭ ਤੁਮ ਨੀਂ ਪਾਇਆ, ਕੋਟ ਜਨਮ ਪਟ ਕਾ ਜਬ ਖਾ, ਇਹ ਵੀ ਅਣਦਾਜ਼ਾ ਹੀ ਸਵਾਮੀ ਜੀ ਮਹਾਰਾਜ ਨੇ ਕਿਹਾ ਹੈ ਕਿ ਕਰੋੜਾਂ ਜਨਮਾਂ ਬਾਅਦ ਇਨਸਾਨ ਦਾ ਜਾਮਾ ਦੁਰਲੱਭ ਮਿਲਿਆ ਹੈ। ਅਗਰ ਇਹ ਹੀ ਜਾਮਾ ਕਿਸੇ ਪਵਿੱਤਰ ਆਤਮਾ ਨੂੰ ਮਿਲਦਾ ਹੈ, ਉਹ ਇਸ ਤੋਂ ਪੂਰਾ ਫਾਇਦਾ ਉਠਾਉਂਦਾ ਹੈ। ਬਾਕੀ ਅਸੀਂ ਵਿਸ਼ੇ ਵਿਕਾਰਾਂ ਵਿੱਚ ਬਰਬਾਦ ਕਰਕੇ ਚਲੇ ਜਾਂਦੇ ਹਾਂ। ਕਹਾਵਤ ਹੈ, ਜੌਹਰੀ ਨੂੰ ਹੀਰਾ ਮਿਲ ਜਾਵੇ ਉਹ ਸਿਰ ਉੱਪਰ ਟਿਕਾਉਂਦਾ ਹੈ, ਹੀਰੇ ਦੀ ਉਹਨੂੰ ਕਦਰ ਹੁੰਦੀ ਹੈ। ਅਗਰ ਕੁਮਾਰ ਨੂੰ ਮਿਲ ਜਾਵੇ ਉਹ ਖੋਤੇ ਦੇ ਗਲ ਵਿੱਚ, ਗਧੇ ਦੇ ਗਲ ਵਿੱਚ ਪਾ ਦਿੰਦਾ ਹੈ, ਕਿਉਂਕਿ ਉਸ ਨੂੰ ਕਦਰ ਨਹੀਂ ਹੁੰਦੀ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਇਨਸਾਨ ਦਾ ਜਾਮਾ ਦੁਰਲੱਭ ਤਾਂ ਮਿਲ ਗਿਆ ਹੈ, ਇਹਨੂੰ ਵਿਸ਼ੇ ਵਿਕਾਰਾਂ 'ਚ ਨਾ ਖਾਓ, ਤੁਸੀਂ ਪ੍ਰਭੂ ਦੀ ਭਗਤੀ ਕਰੋ। ਭਗਤੀ ਦੇ ਉੱਤੇ ਆ ਕੇ ਸਵਾਲ ਪੈਦਾ ਹੋ ਜਾਂਦਾ ਹੈ, ਅਸੀਂ ਸਾਰੇ ਕਹਾਂਗੇ ਅਸੀਂ ਭਗਤੀ ਕਰਾਂਗੇ, ਕਰਦੇ ਹਾਂ। ਕੋਈ ਪਰਿਵਾਰ ਦੀ ਭਗਤੀ ਕਰਦਾ ਹੈ, ਕੋਈ ਮਾਇਆ ਦੀ ਭਗਤੀ ਕਰਦਾ ਹੈ, ਕੋਈ ਕੌਮ ਦੀ ਭਗਤੀ ਕਰਦਾ ਹੈ, ਕੋਈ ਮੁਲਕ ਦੀ ਭਗਤੀ ਕਰਦਾ ਹੈ। ਬੇਸ਼ੱਕ ਇਹ ਆਪੋ ਆਪਣੇ ਥਾਈਂ ਅੱਛੀਆਂ ਹਨ, ਕਰਨਾ ਚਾਹੀਦਾ ਹੈ, ਲੇਕਿਨ ਇਹਨਾਂ ਦੀ ਭਗਤੀ ਵਾਰ ਵਾਰ ਸਾਨੂੰ ਦੇਹ ਦੇ ਬੰਧਨਾਂ ਵਿੱਚ ਲਿਆਉਂਦੀ ਹੈ, ਇਹਨਾਂ ਦੇ ਵਿੱਚ ਪਕਸ਼ਪਾਤ ਹੁੰਦਾ ਹੈ। ਜਿਸ ਤਰ੍ਹਾਂ ਪਰਿਵਾਰ ਦੀ ਭਗਤੀ ਵਾਲਿਆਂ ਨੂੰ ਦੂਸਰਿਆਂ ਨਾਲ ਲਗਾਓ ਨਹੀਂ ਹੁੰਦਾ, ਉਹ ਸਿਰਫ ਪਰਿਵਾਰ ਦੇ ਭਗਤ ਹੁੰਦੇ ਹੈ, ਇਹਦੂ ਅਲੱਗ ਉਹਨਾਂ ਨੂੰ ਕੁਛ ਨਹੀਂ ਦਿਸਦਾ ਗਾ, ਦੂਜਿਆਂ ਨਾਲ ਦੁਆਇਸ਼ ਕਰਦੇ ਹੈ। ਮਾਇਆ ਦੇ ਪੁਜਾਰੀ ਜਿਹੜੇ ਹੁੰਦੇ ਹੈ ਉਹ ਕਿਸੇ ਦੇ ਵੀ ਹੋਰ ਮਿੱਤਰ ਨਹੀਂ ਹੁੰਦੇ, ਸਿਰਫ ਮਾਇਆ ਨਾਲ ਹੀ ਉਹਨਾਂ ਦਾ ਪਿਆਰ ਹੁੰਦਾ ਹੈ। ਇਸੇ ਤਰ੍ਹਾਂ ਕੌਮ ਭਗਤੀ ਵਾਲੇ ਦੀ ਤੁਸੀਂ ਹਾਲਤ ਦੇਖਦੇ ਹੀ ਹੋ ਕਿ ਕਿਸ ਤਰ੍ਹਾਂ ਇੱਕ ਕੌਮ ਦੂਸਰੇ ਨੂੰ ਲੜ ਰਹੀ ਹੈ। ਇਹ ਸਿਰਫ ਕੌਮ ਭਗਤਾਂ ਦਾ ਹੀ ਨਤੀਜਾ ਹੈ, ਨਫ਼ਰਤ ਪੈਦਾ ਕਰਾ ਦਿੰਦੇ ਹੈ। ਇਸੇ ਤਰ੍ਹਾਂ ਦੇਸ਼ ਭਗਤਾਂ ਦੀ ਹਾਲਤ ਤੁਸੀਂ ਦੇਖਦੇ ਹੋ, ਕਿਵੇਂ ਇੱਕ ਮੁਲਕ ਦੂਸਰੇ ਦੇ ਉੱਤੇ ਤੋਪਾਂ ਕਸੀ ਖੜਾ ਹੈ। ਤੋ ਆਪ ਪਿਆਰ ਨਾਲ ਕਹਿੰਦੇ ਹੈ, ਐਸੀ ਭਗਤੀ ਕਿਹੜੀ ਹੈ ਕਿ ਜਿਹੜੀ ਸਾਨੂੰ ਪਕਸ਼ਪਾਤ ਤੋਂ ਉੱਪਰ ਲੈ ਜਾਵੇ, ਪ੍ਰਭੂ ਨਾਲ ਮਿਲਾ ਦੇਵੇ। ਮੈਂ ਦੱਸਿਆ ਸੀ, ਅਗਰ ਸਾਨੂੰ ਇਹ ਪਤਾ ਲੱਗ ਜਾਵੇ ਕਿ ਉਹ ਪ੍ਰਭੂ ਪਰਮਾਤਮਾ ਜਿਹਨੇ ਸਾਨੂੰ ਜੀਵਨ ਦਿੱਤਾ ਹੈ ਉਹ ਸਾਡੇ ਸਭ ਦੇ ਅੰਦਰ ਹੈ, ਉਹ ਅੰਦਰ ਬੈਠਾ ਹੈ, ਅੱਜ ਹੀ ਮੁਲਕ ਦੇ ਅੰਦਰ ਸ਼ਾਂਤੀ ਹੋ ਸਕਦੀ ਹੈ, ਕੋਈ ਲੜਾਈ ਝਗੜਾ ਹੀ ਨਹੀਂ ਰਹਿ ਸਕਦਾ ਗਾ। ਲੇਕਿਨ ਅਸੀਂ ਇਹ ਸੋਚਦੇ ਹਾਂ
ਕਿ ਉਹ ਪਰਮਾਤਮਾ ਜਾਂ ਤਾਂ ਕਿਸੇ ਸਮੁੰਦਰ ਵਿੱਚ ਤਹਿ ਦੇ ਲੁਕਿਆ ਹੋਇਆ ਹੈ, ਜਾਂ ਪਹਾੜਾਂ ਦੀ ਚੋਟੀ ਤੇ ਹੈ, ਜਾਂ ਕਿਸੇ ਸੋਨੇ ਦੇ ਮੰਦਰ ਵਿੱਚ ਛੁਪਿਆ ਹੋਇਆ ਹੈ। ਲੇਕਿਨ ਨਹੀਂ, ਐਸਾ ਨਹੀਂ ਗਾ, ਉਹ ਪਰਮਾਤਮਾ ਸਭ ਦੇ ਅੰਦਰ ਬੈਠਾ ਹੈ, ਅੰਦਰੋਂ ਹੀ ਮਿਲ ਸਕਦਾ ਹੈ। ਅਗਰ ਕੋਈ ਸੱਚੇ ਤੋਂ ਸੱਚਾ ਮੰਦਰ ਹੈ, ਠਾਕਰ ਦੁਆਰਾ ਹੈ, ਗੁਰਦੁਆਰਾ ਹੈ, ਉਹ ਇਨਸਾਨ ਦਾ ਮੰਦਰ ਹੈ, ਇਨਸਾਨ ਦੀ ਦੇਹ ਹੈ ਜਿਹੜੀ ਖੁਦ ਪਰਮਾਤਮਾ ਨੇ ਬਣਾਈ ਹੈ, ਖੁਦ ਇਹਦੇ ਵਿੱਚ ਬੈਠਾ ਹੈ ਜੀ। ਅਬ ਯਾ ਕੋ ਬਿਰਥਾ ਮਤ ਖੋਵੋ, ਚੇਤੋ ਚਿਨ ਚਿਨ ਭਗਤ ਕਮਾਵੋ, ਭਗਤ ਕਰੋ ਤੋ ਗੁਰ ਕੀ ਕਰਨਾ, ਮਾਰਗ ਸ਼ਬਦ ਸ਼ਬਦ ਮਾਰਗੀ ਗੁਰੂ ਨ ਹੋਵੇ, ਤੋ ਝੂਠੀ ਗੁਰਵਾਈ ਲੇਵੇ। ਆ ਪਿਆਰ ਨਾਲ ਕਹਿੰਦੇ ਆ, ਭਗਤੀ ਕਿਹਦੀ ਕਰਨੀ ਹੈ? ਗੁਰੂ ਦੀ ਕਰਨੀ ਹੈ, ਕਿਉਂਕਿ ਸਾਰੀ ਦੁਨੀਆਂ ਦੀ ਅਸੀਂ ਧਿਆਨ ਮਾਰਦੇ ਹਾਂ, ਅਸੀਂ ਸੋਚਦੇ ਹਾਂ ਕਿ ਸਭ ਦੁਨੀਆਂ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਸਾਰਿਆਂ ਵਿੱਚ ਹੀ ਪੰਜ ਤੱਤ ਹੈ, ਔਰ ਇੱਥੇ ਆ ਕੇ ਅਸੀਂ ਸਾਰੇ ਨਾਸਤਕ ਹੁੰਦੇ ਹਾਂ, ਫਿਰ ਵੀ ਸਾਡੀ ਸ਼ਕਲ ਸਾਰਿਆਂ ਦੀ ਇੱਕ ਹੁੰਦੀ ਹੈ। ਤਾਂ ਮਹਾਤਮਾ ਸਾਨੂੰ ਕਹਿੰਦੇ ਹੈ, ਅਗਰ ਪੰਜਾਂ ਤੱਤਾਂ ਦਾ ਪੁਤਲਾ ਇਨਸਾਨ ਇੱਕ ਤੱਤ ਵਾਲੇ ਕੋਈ ਸਬਜ਼ੀਆਂ ਵਗੈਰਾ ਨੂੰ ਪੂਜੇ, ਤੁਲਸੀ ਪੁਤਲਾ ਨੂੰ ਪੂਜੇ, ਯਹਾਂ ਆਸਾ ਤਹਾਂ ਵਾਸਾ, ਉਹ ਉਹਨਾਂ ਜਾਮਿਆਂ ਵਿੱਚ ਜਾ ਕੇ ਜਨਮ ਲੈ ਲਏਗਾ, ਉੱਥੇ ਪੌਦਾ ਬਣ ਕੇ ਉੱਗ ਆਏਗਾ। ਦੋ ਤੱਤ ਜਾਨਵਰਾਂ ਦੇ ਵਿੱਚ ਹੈ, ਇਸੇ ਤਰ੍ਹਾਂ ਗਰੜ, ਘੁੱਗੀਆਂ, ਗੁਟਾਰਾਂ, ਕਾਵਾਂ ਨੂੰ ਅਗਰ ਉਹ ਪੂਜੇਗਾ, ਉਹਨਾਂ ਦੇ ਜਾਮਿਆਂ ਦੇ ਵਿੱਚ ਜਾਨਵਰ ਬਣ ਕੇ ਆ ਜਾਏਗਾ। ਇਸੇ ਤਰ੍ਹਾਂ ਤਿੰਨ ਤੱਤ ਸੱਪ ਹੈ, ਠੂਹੇ ਹੈ, ਉਹਨਾਂ ਦੇ ਵਿੱਚ ਅਗਰ ਉਹਨਾਂ ਦੀ ਭਗਤੀ ਕਰਦਾ, ਉਹਨਾਂ ਦੇ ਜਾਮਿਆਂ ਵਿੱਚ ਆ ਜਾਏਗਾ। ਚਾਰ ਤੱਤ ਪਸ਼ੂਆਂ ਦੇ ਵਿੱਚ ਹਨ, ਡੰਗਰਾਂ ਦੇ ਵਿੱਚ ਹਨ, ਅਗਰ ਇਹਨਾਂ ਦੀ ਇਨਸਾਨ ਭਗਤੀ ਕਰਦਾ ਹੈ, ਬਜਾਏ ਤਰੱਕੀ ਕਰਨ ਦੇ ਇਹਨਾਂ ਦੇ ਜਾਮੇ ਵਿੱਚ ਆ ਕੇ ਜਨਮ ਲੈ ਲਏਗਾ। ਹੁਣ ਪੰਜ ਤੱਤ ਦਾ ਪੁਤਲਾ ਇਨਸਾਨ ਹੈ, ਅਗਰ ਪੰਜਾਂ ਤੱਤਾਂ ਦਾ ਪੁਤਲਾ ਹੋ ਕੇ ਇਹ ਜੋ ਮੁਕੰਮਲ ਮਸ਼ੀਨ ਹੈ, ਇਹ ਘੁੱਗੀਆਂ, ਗੁਟਾਰਾਂ, ਕਾਵਾਂ, ਸੱਪਾਂ ਦੀ ਪੂਜਾ ਕਰੇਗਾ, ਇਹ ਉਹਨਾਂ ਦੇ ਜਾਮਿਆਂ ਵਿੱਚ ਜਾ ਕੇ ਜਨਮ ਲਏਗਾ। ਅਸੀਂ ਤਾਂ ਇਨਸਾਨ ਦੇ ਜਾਮੇ ਚ ਆਏ ਸੈਂ ਤਰੱਕੀ ਕਰਨ ਵਾਸਤੇ, ਹੁਣ ਇਨਸਾਨ ਇਨਸਾਨ ਨੂੰ ਪੂਜਦਾ ਨਹੀਂ। ਖਾਸ ਕਰਕੇ ਅੱਜ ਕੱਲ੍ਹ ਦੇ ਵਕਤ ਦੇ ਵਿੱਚ ਅਸੀਂ ਕਹਿੰਦੇ ਹਾਂ ਸਾਡੇ ਸਾਰਿਆਂ ਦੇ ਹੱਕ ਹਕੂਕ ਇੱਕੋ ਜਿਹੀ ਹੈ, ਨਹੀਂ, ਇਹਦੇ ਵਿੱਚ ਬੜਾ ਭੇਦ ਹੈ, ਬੜੀ ਸਮਝਣ ਵਾਲੀ ਗੱਲ ਹੈ। ਜਿਸ ਤਰ੍ਹਾਂ ਇੱਕ ਮਕਾਨ ਹੈ, ਉਹਦੇ ਵਿੱਚ ਬਹੁਤ ਸਾਰੇ ਬੈਟਰੀਆਂ, ਰੇਡੀਓ ਪਏ ਹੋਏ ਹਨ ਜਿਹੜੇ ਕਿ ਕਿਸੇ ਨਾਲ ਜੁੜੇ ਹੋਏ ਨਹੀਂ। ਅਸੀਂ ਕਿਸੇ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇ। ਅਗਰ ਕੋਈ ਜਾਣਕਾਰ ਆਦਮੀ ਆ ਜਾਏ ਉਸ ਬੈਟਰੀ ਦਾ ਰੇਡੀਓ ਦੇ ਨਾਲ ਕਨੈਕਸ਼ਨ ਕਰ ਦੇਵੇ, ਤੁਸੀਂ ਸੋਚ ਕੇ ਦੇਖ ਸਕਦੇ ਹੋ, ਜਿਸ ਚਾਹੇ ਮੁਲਕ ਦੀ ਅਸੀਂ ਖਬਰ ਸੁਣ ਸਕਦੇ ਹਾਂ। ਮਹਾਤਮਾ ਕੋਲੇ ਅਸੀਂ ਕਿਉਂ ਜਾਣਾ ਹੈ? ਉਹਦੀ ਬੈਟਰੀ ਉਸ ਪ੍ਰਭੂ ਦੇ ਨਾਲ ਜੁੜੀ ਹੁੰਦੀ ਹੈ, ਉਹ ਸਾਡੀ ਜੋੜ ਦਿੰਦਾ ਹੈ,
ਤਾਰ ਵੀ ਸਾਡੇ ਅੰਦਰ ਹੈ, ਉਹ ਬੈਟਰੀ ਵੀ ਸਾਡੇ ਅੰਦਰ ਹੈ, ਲੇਕਿਨ ਮਹਾਤਮਾ ਨੂੰ ਸਾਡੇ ਨਾਲ ਜੋੜਨਾ ਹੈ। ਮਹਾਤਮਾ ਉਹ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ। ਮੈਂ ਕੱਲ ਸਤਸੰਗ ਦੱਸਿਆ ਸੀ ਕਿ ਉਹ ਇੱਧਰਲੀ ਖਬਰ ਉੱਧਰ ਪਰਮਾਤਮਾ ਦੇ ਦਰਬਾਰ ਪਹੁੰਚਾਉਂਦਾ ਹੈ, ਉੱਧਰਲੀ ਇੱਧਰ ਲੈਂਦਾ ਹੈ। ਇਸੇ ਤਰ੍ਹਾਂ ਅਗਰ ਅਸੀਂ ਮਹਾਤਮਾ ਦੇ ਤਜਰਬੇ ਤੋਂ ਫਾਇਦਾ ਉਠਾਉਂਦੇ ਹਾਂ, ਇਹ ਭਗਤੀ ਹੀ ਸਾਨੂੰ, ਗੁਰੂ ਭਗਤੀ ਜੋ ਹੈ ਉਹ ਹੀ ਸਾਨੂੰ ਪਾਰ ਕਰਦੀ ਹੈ। ਜੇ ਮਹਾਤਮਾ ਨੂੰ ਕਹੀਏ ਕਿ ਤੁਸੀਂ ਸਾਡੇ ਗੁਰੂ ਹੋ, ਤੁਸੀਂ ਸਾਡੇ ਪੀਰ ਹੋ, ਉਹ ਕਹਿਣਗੇ ਨਹੀਂ, ਅਸੀਂ ਤੁਹਾਡੇ ਗੁਰੂ ਨਹੀਂ, ਤੁਸੀਂ ਸਾਨੂੰ ਬਜ਼ੁਰਗ ਕਹਿ ਲਓ, ਬੜੇ ਭਾਈ ਕਹਿ ਲਓ। ਇਹ ਅੰਦਰ ਜਾ ਕੇ ਤੁਸੀਂ ਫੈਸਲਾ ਕਰਨਾ ਹੈ ਕਿ ਗੁਰੂ ਕੌਣ ਹੈ, ਕਿਉਂਕਿ ਬਾਹਰੀ ਲਫ਼ਜ਼ ਨਾਲ ਕੋਈ ਫਰਕ ਨਹੀਂ ਪੈਂਦਾ ਗਾ। ਇਸ ਵਾਸਤੇ ਇਹ ਤਾਂ ਜਦੋਂ ਸੇਵਕ ਅੰਦਰ ਜਾਂਦੇ ਹੈ, ਪਿਆਰ ਨਾਲ ਉਹਨਾਂ ਨੂੰ ਗੁਰੂ ਮਹਾਰਾਜ ਕਹਿਣਾ ਸ਼ੁਰੂ ਕਰਦੇ ਹੈ, ਲੇਕਿਨ ਸੰਤਾਂ ਨੂੰ ਨਾ ਤਾਂ ਕੋਈ ਭਰਾ ਕਹਿਣ ਨਾ ਜਾਂ ਬਜ਼ੁਰਗ ਕਹਿਣ ਨਾ ਕੋਈ ਫਰਕ ਪੈਂਦਾ, ਨਾ ਗੁਰੂ ਕਹਿਣ ਨਾ ਕੋਈ ਫਰਕ ਪੈਂਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ, ਕਿਹਦੀ ਭਗਤੀ ਕਰਨੀ ਹੈ, ਗੁਰੂ ਦੀ ਭਗਤੀ ਕਰਨੀ ਹੈ। ਤੋ ਸ਼ਬਦ ਲੈਣਾ ਹੈ, ਅੰਦਰਲਾ ਰਸਤਾ ਲੈਣਾ ਹੈ, ਭੇਦ ਲੈਣਾ ਹੈ ਤੇ ਗੁਰੂ ਤੋਂ ਲੈਣਾ ਹੈ। ਫਿਰ ਤੁਲਸੀ ਸਾਹਿਬ ਨੇ ਸਤਸੰਗ ਵਿੱਚ ਦੱਸਿਆ ਸੀ, ਜਾਂ ਕੋ ਜੈਸਾ ਗੁਰ ਮਿਲੇ ਤਾਂ ਕੇ ਤੈਸੇ ਭਾਗ। ਅਗਰ ਕੋਈ ਬ੍ਰਹਮ ਦਾ ਕਾਲ ਦਾ ਗੁਰੂ ਮਿਲ ਗਿਆ, ਅਸੀਂ ਕਾਲ ਦੇ ਦਾਇਰੇ ਵਿੱਚ ਰਹਿ ਜਾਂਦੇ ਹਾਂ। ਅਗਰ ਕੋਈ ਦਿਆਲ ਦਾ ਗੁਰੂ ਮਿਲ ਗਿਆ, ਅਸੀਂ ਦਿਆਲ ਦੇ ਦੇਸ਼ ਵਿੱਚ ਚਲੇ ਜਾਂਦੇ ਹਾਂ, ਇਹ ਦੁਨੀਆਂ 'ਚ ਚੱਕਰ ਲਾਉਣੋਂ ਹਟ ਜਾਂਦੇ ਹਾਂ। ਜੈਸਾ ਗੁਰੂ ਮਿਲਦਾ ਹੈ ਵੈਸੇ ਹੀ ਅਸੀਂ ਅੱਗੇ ਤਰੱਕੀ ਕਰਦੇ ਹਾਂ। ਸੋ ਇਸ ਵਾਸਤੇ ਆਪ ਪਿਆਰ ਕਰਦੇ ਦੇ ਨਾਲ ਕਹਿੰਦੇ ਹੈ, ਜੋ ਗੁਰੂ ਨੇ ਖੁਦ ਸ਼ਬਦ ਦੀ ਕਮਾਈ ਨਹੀਂ ਕੀਤੀ ਔਰ ਨਾ ਉਹ ਸੇਵਕਾਂ ਨੂੰ ਇਹ ਕਮਾਈ ਦੀ ਤਰਫ ਲਾਉਂਦਾ ਹੈ, ਆਪ ਕਹਿਣ ਲੱਗੇ ਉਹ ਝੂਠਾ ਹੈ, ਉਸ ਤੋਂ ਭੇਦ ਨਹੀਂ ਲੈਣਾ ਗਾ। ਮੈਂ ਦੱਸਦਾ ਹੁੰਦਾ ਹੈ ਕਿ ਆਤਮਾ ਦਾ ਸਵਾਲ ਹੈ। ਸਭ ਤੋਂ ਪਹਿਲਾਂ ਮਹਾਤਮਾ ਦੀ ਹਿਸਟਰੀ ਦੇਖੋ ਕਿ ਇਸ ਨੇ ਕੋਈ 10-20-50 ਸਾਲ ਕੋਈ ਪਰਮਾਤਮਾ ਦੀ ਭਗਤੀ ਕੀਤੀ ਹੈ, ਕੋਈ ਕੁਰਬਾਨੀ ਕੀਤੀ ਹੈ, ਤੋ ਉਸ ਤੋਂ ਭੇਦ ਲੈ ਲਓ, ਆਪਦੇ ਘਰੇ ਪਹੁੰਚ ਜਾਓ। ਅਸੀਂ ਕੋਈ ਮਹਾਤਮਾ ਨਾ ਰਿਸ਼ਤਾ ਨਾਤਾ ਨਹੀਂ ਕਰਨਾ ਗਾ, ਕੋਈ ਉਹਦੇ ਨਾਲ ਬੈਠ ਕੇ ਖਾਣਾ ਨਹੀਂ ਖਾਣਾ ਗਾ। ਅਗਰ ਉਸਨੇ ਕਮਾਈ ਨਹੀਂ ਕੀਤੀ, ਸਿਰਫ ਉਹ ਲਫ਼ਜ਼ ਹੀ ਦੱਸਦਾ ਹੈ, ਤੋ ਪਿਆਰਿਓ ਤੁਸੀਂ ਸੋਚ ਕੇ ਦੇਖ ਸਕਦੇ ਹੋ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਲਫ਼ਜ਼ ਤਾਂ ਇੱਕ ਛੋਟੀ ਜਿਹੀ ਲੜਕੀ ਵੀ 5 ਸਾਲ ਦੀ ਚਰਖਾ ਕੱਤਣ ਵਾਲੀ ਵੀ ਦੱਸ ਸਕਦੀ ਹੈ, ਨਾਮ ਤਵੱਜੋ ਹੁੰਦੀ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਉਹ ਝੂਠਾ ਹੈ ਜਿਹੜਾ ਜਿਹਨੇ ਖੁਦ ਸ਼ਬਦ ਦੀ ਕਮਾਈ ਨਹੀਂ ਕੀਤੀ, ਸੇਵਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਰੋ, ਆਪਦਾ ਮਨ ਟਿਕਿਆ ਨਹੀਂ, ਦੂਸਰੇ ਨੂੰ ਕਹਿੰਦਾ ਤੁਸੀਂ ਟਿਕਾਓ। ਐਸਾ ਕਿਸ ਤਰ੍ਹਾਂ ਹੈ? ਗੁਰੂ ਨਾਨਕ ਕਹਿੰਦੇ ਆ, ਪਹਿਲੇ ਮਨ ਪਰ ਬੋਧੇ ਆਪਣਾ ਪਿੱਛੇ ਅਵਰ ਰਜਾਵਾ, ਪਹਿਲਾਂ ਆਪਦੇ ਮਨ ਨੂੰ ਸ਼ਾਂਤੀ ਦਿਓ, ਫਿਰ ਦੂਜਿਆਂ ਨੂੰ ਖੁਸ਼ ਕਰੋ। ਲੇਕਿਨ ਸਾਡੀ ਹਾਲਤ ਇਹਦੀ ਉਲਟ ਹੈ, ਅਸੀਂ ਕੀ ਕਰਦੇ ਹਾਂ, ਆਪਦੇ ਘਰ ਨੂੰ ਅੱਗ ਲੱਗੀ ਹੋਈ ਹੈ, ਦੂਸਰਿਆਂ ਦੇ ਬੂਹਿਆਂ ਦੇ ਉੱਤੇ ਬਖਾਲਾਂ ਪਾਣੀ ਦੀਆਂ ਲਈ ਫਿਰਦੇ ਹਾਂ, ਆਪਦਾ ਹਿਰਦਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਦੇ ਨਾਲ ਸੜ ਰਿਹਾ ਹੈ। ਲੋਕਾਂ ਨੂੰ ਕਹਿੰਦੇ ਆ ਕਿ ਤੁਸੀਂ ਮਹਾਤਮਾ ਬਣੋ, ਤੁਸੀਂ ਨਾਮ ਦੀ ਕਮਾਈ ਕਰੋ, ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਵਾਸਤੇ ਅਬਰਹਿ ਕੋ ਉਪਦੇਸ਼ ਤੇ ਕਬੀਰ ਸਾਹਿਬ ਕਹਿੰਦੇ ਆ, ਮੁੱਖ ਮੈਂ ਪੜ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ।
ਜੋ ਲੋਕਾਂ ਦੇ ਖਲਵਾੜਾਂ ਦੀਆਂ ਰਾਖੀਆਂ ਕਰਦੇ ਹੈ, ਆਪਦਾ ਖਲਵਾੜਾ ਉਜੜ ਰਿਹਾ ਹੈ, ਤੁਸੀਂ ਸੋਚ ਕੇ ਦੇਖ ਸਕਦੇ ਹੋ, ਉਹ ਆਪਣੇ ਨਾਲ ਵੀ ਬੇਇਨਸਾਫ਼ੀ ਕਰਦੇ ਹੈ ਔਰ ਦੂਸਰਿਆਂ ਨਾਲ ਵੀ ਬੇਇਨਸਾਫ਼ੀ ਕਰਦੇ ਹੈ ਜਿਨ੍ਹਾਂ ਨੂੰ ਉਹ ਮਗਰ ਲਾਉਂਦੇ ਹੈ। ਸੋ ਮਹਾਤਮਾ ਦੀ ਬਾਣੀ ਜੋ ਹੈ ਇਹ ਬੜਾ ਹੀ ਕਲਾਮ ਨਤੜਕ ਲਿਖਿਆ ਹੁੰਦਾ ਹੈ ਜੀ। ਸ਼ਬਦ ਮਾਰਗੀ ਗੁਰੂ ਨ ਹੋਵੇ ਤਾ ਝੂਠੀ ਗੁਰਵਾਈ ਲੇਵੇ, ਗੁਰੂ ਸੋਈ ਜੋ ਸ਼ਬਦ ਸਨੇਹੀ, ਸ਼ਬਦ ਬਿਨਾ ਦੂਸਰ ਨਹਿ, ਸ਼ਬਦ ਕਹਾ ਮੈਂ ਗਗਨ ਸਿਖਰ ਕਾ, ਸ਼ਬਦ ਕਹਾ ਮੈਂ ਸੁਨ ਸ਼ਹਿਰ ਕਾ, ਸ਼ਬਦ ਕਹਾ ਮੈਂ ਪੰਵਰ ਡਗਰ ਕਾ, ਸ਼ਬਦ ਕਹਾ ਮੈਂ ਅਗਮ ਨਗਰ ਕਾ। ਆਪ ਕਹਿਣ ਲੱਗੇ ਉਹ ਸੱਚਖੰਡ ਤੋਂ ਸ਼ਬਦ ਉੱਠਦਾ ਹੈ, ਸਾਡੇ ਮੱਥੇ ਦੇ ਪਿੱਛੇ ਤੁਨਕਾਰਾਂ ਦਿੰਦਾ ਹੈ, ਪਵਰ ਗੁਫਾ ਔਰ ਸੁਨ ਮਹਾਸੁਨ ਸਾਰਿਆਂ ਉਹ ਮੰਡਲਾਂ ਵਿੱਚ ਗੁਜ਼ਰ ਕੇ ਮੱਥੇ ਦੇ ਵਿੱਚ ਤੁਨਕਾਰਾਂ ਦਿੰਦਾ ਹੈ। ਇਸ ਵਾਸਤੇ ਆਪ ਕਹਿਣ ਲੱਗੇ ਉਹ ਮਹਾਤਮਾ ਉਹ ਸ਼ਬਦ ਦੇ ਵਿੱਚੋਂ ਆਉਂਦੇ ਹੈ, ਸੰਦੇਸ਼ਾ ਦੇ ਕੇ ਸ਼ਬਦ ਦੇ ਵਿੱਚ ਹੀ ਚਲੇ ਜਾਂਦੇ ਹੈ। ਇਸੇ ਨੂੰ ਸਾਰੇ ਮਹਾਤਮਾ ਨੇ ਸ਼ਬਦ ਕਰਕੇ ਵੀ ਬਿਆਨ ਕੀਤਾ ਹੈ ਕਿ ਉਹ ਪ੍ਰਭੂ ਸ਼ਬਦ ਦੀ ਦੇਹ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ, ਸਾਡੇ ਵਿਚਕਾਰ ਰਹਿੰਦਾ ਹੈ, ਸਾਨੂੰ ਆਪਣਾ ਭੇਦ ਦੱਸਦਾ ਹੈ। ਅਗਰ ਉਹ ਖੁਦ ਆ ਕੇ ਨਾ ਦੱਸਦਾ ਤੋ ਸਾਨੂੰ ਕੀ ਪਤਾ ਲੱਗਦਾ। ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਸੰਤ ਰੂਪ ਹੋਏ ਜਗ ਮੇ ਆਇਆ, ਆਪਣਾ ਭੇਦ ਆਪ ਉਹਨ ਗਾਇਆ ਜੀ। ਸ਼ਬਦ ਕਹਾ ਮੈਂ ਪਵਰ ਡਗਰ ਕਾ, ਸ਼ਬਦ ਕਹਾ ਮੈਂ ਅਗਮ ਨਗਰ ਕਾ, ਗੁਰੂ ਪਹਿਚਾਨ ਖੂਬ ਮਹਿੰਗਾਈ, ਧੋਖਾਇਆ ਮੈਂ ਕੁਛ ਨਾ ਰਹਾਈ, ਸ਼ਬਦ ਕਮਾਵੇ ਸੋ ਗੁਰ ਪੂਰਾ, ਉਨ ਚਰਨਨ ਕੀ ਹੋ ਜਾ ਤੂਰਾ। ਕਹਿੰਦੇ ਮੈਂ ਤੁਹਾਨੂੰ ਗੁਰੂ ਦੀ ਪਛਾਣ ਦੱਸਦੀ ਹੈ, ਕੋਈ ਸ਼ਬਦ ਸਰੂਪੀ ਸ਼ਬਦ ਅਭਿਆਸੀ ਹੁੰਦਾ ਹੈ, ਇਹਦੇ ਵਿੱਚ ਕੋਈ ਧੋਖਾ ਨਹੀਂ। ਅਗਰ ਕੋਈ ਸ਼ਬਦ ਦਾ ਰਸੀਆ ਨਾਮ ਦਾ ਰਸੀਆ ਜਿਸਨੇ ਇਹ ਕਮਾਈ ਕੀਤੀ ਹੈ, ਕਹਿਣ ਲੱਗੇ ਤੁਸੀਂ ਉਹ ਤੋਂ ਭੇਦ ਲੈ ਲਿਆ ਹੈ, ਤੁਸੀਂ ਤਨ ਮਨ ਨਾਲ ਸੱਚੇ ਦਿਲੋਂ ਉਹਦੀ ਕਮਾਈ ਕਰੋ, ਫਿਰ ਮਨ ਦੇ ਧੋਖੇ ਵਿੱਚ ਨਾ ਆਓ, ਤੁਸੀਂ ਨਾਮ ਜਪੋ ਜੀ। ਸ਼ਬਦ ਕਮਾਵੇ ਸੋ ਗੁਰ ਪੂਰਾ, ਉਨ ਚਰਨਨ ਕੀ ਹੋ ਜਾ ਤੂਰਾ, ਔਰ ਪਹਿਚਾਨ ਕਰੋ ਮਤ ਕੋਈ, ਲਚ ਅਲਚ ਨਾ ਦੇਖੋ ਸੋਈ।
ਮਹਾਤਮਾ ਦੀ ਕਮਾਈ ਦੇਖਣੀ ਹੈ, ਪੂਰੇ ਨਾ ਦੇਖੋ ਕਿ ਹਿੰਦੁਸਤਾਨ ਦੇ ਰਹਿਣ ਦਾ ਜਾਂ ਅਮਰੀਕਾ ਦੇ ਰਹਿਣ ਵਾਲਾ ਹੈ, ਜਾਂ ਇਹ ਹਿੰਦੂ ਹੈ, ਅਸੀਂ ਮੁਸਲਮਾਨ ਹੈ, ਜਾਂ ਇਹ ਹੋਰ ਜਾਤੀ ਦਾ ਹੈ। ਕਹਿਣ ਲੱਗੇ ਜਾਤੀਆਂ ਪਾਤੀਆਂ ਨੂੰ ਤੁਸੀਂ ਪੰਜਾਂ ਰਹਿਣ ਦਿਓ, ਸ਼ਬਦ ਦੀ ਕਮਾਈ ਦੇਖਣੀ ਹੈ, ਨਾਮ ਦੀ ਕਮਾਈ ਦੇਖਣੀ ਹੈ। ਕਬੀਰ ਸਾਹਿਬ ਨੇ ਕਿਹਾ ਸੀ ਸਾਧ ਤੋਂ ਗਿਆਨ ਪੁੱਛਣਾ ਹੈ, ਜਾਤ ਨਹੀਂ ਪੁੱਛਣੀ। ਫਿਰ ਆਪ ਕਹਿਣ ਲੱਗੇ ਮੁੱਲ ਤਲਵਾਰ ਦਾ ਕਰਨਾ ਹੈ, ਮਿਆਨ ਉੱਥੇ ਪਿਆ ਰਹਿਣ ਦਿਓ, ਮਿਆਨ ਤੁਹਾਡੇ ਕਿਸ ਕੰਮ ਹੈ। ਇਸ ਵਾਸਤੇ ਆਪ ਕਹਿਣ ਲੱਗੇ ਬਾਹਰ ਜੋ ਬਾਡੀ ਹੈ ਇੱਕ ਮਿਆਨ ਹੈ, ਜੋ ਤਾਕਤ ਮਹਾਤਮਾ ਦੇ ਅੰਦਰ ਸ਼ਬਦ ਦੀ ਕੰਮ ਕਰਦੀ ਹੈ, ਅਸੀਂ ਤਾਂ ਉਸ ਦੇ ਮੁਤਲਕ ਹੀ ਮਹਾਤਮਾ ਕੋਲੇ ਜਾਣਾ ਹੈ। ਜੁੜਿਆ ਜੋੜ ਦਿੰਦਾ ਹੈ, ਟੁੱਟਿਆ ਤੋੜਦਾ ਹੈ। ਜੀ ਔਰ ਪਹਿਚਾਨ ਕਰੋ ਮਤ ਕੋਈ, ਲਛ ਲਛਨ ਦੇਖੋ ਸੋਈ, ਸ਼ਬਦ ਭੇਦ ਲੈ ਕਰ ਤੁਮ ਉਨਸੇ, ਸ਼ਬਦ ਕਮਾਵੋ ਤੁਮ ਤਨ ਮਨ ਸੇ। ਕਹਿਣ ਲੱਗੇ ਇਸ ਤਰ੍ਹਾਂ ਨਾ ਕਰੋ ਜਿਵੇਂ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਡਾਕਟਰ ਤੋਂ ਦਵਾਈ ਲਿਆਂਦੀ, ਲਿਆ ਕੇ ਆਲੇ ਚ ਰੱਖ ਦਿੱਤੀ, ਉਹ ਖਾਧੀ ਨਹੀਂ ਔਰ ਪਰਹੇਜ ਨਹੀਂ ਕੀਤਾ, ਦਵਾਈ ਆਲੇ ਚ ਪਈ ਹੈ, ਗਾਲੀਆਂ ਡਾਕਟਰ ਨੂੰ ਨਿਕਾਲ ਰਹੇ ਹੈ, ਇਹ ਨਹੀਂ। ਇਸੇ ਤਰ੍ਹਾਂ ਅਗਰ ਨਾਮ ਲਿਆਂਦਾ ਹੈ, ਮਹਾਤਮਾ ਵੀ ਸਾਨੂੰ ਕੁਛ ਹਦਾਇਤਾਂ ਦੱਸਦੇ ਹੈ ਜਿਸ ਤਰ੍ਹਾਂ ਡਾਕਟਰ ਦੱਸਦੇ ਹੈ। ਕਹਿਣ ਲੱਗੇ ਤੁਸੀਂ ਸੱਚੇ ਦਿਲੋਂ ਉਹ ਹਦਾਇਤਾਂ ਦਾ ਪਾਲਣ ਕਰਦੇ ਹੋਏ ਨਾਮ ਦੀ ਕਮਾਈ ਕਰੋ, ਸ਼ਬਦ ਦੀ ਕਮਾਈ ਕਰੋ, ਕਿਉਂਕਿ ਕਿਸੇ ਦਰਖਤ ਦਾ ਫਲ ਖਾਣ ਨਾਲ ਹੀ ਪਤਾ ਲੱਗਦਾ ਹੈ ਕਿ ਇਹ ਮਿੱਠਾ ਹੈ ਜਾਂ ਚਟਪਟਾ ਹੈ। ਇਸੇ ਤਰ੍ਹਾਂ ਨਾਮ ਦੀ ਕਮਾਈ ਕਰਨ ਤੋਂ ਹੀ ਪਤਾ ਲੱਗਦਾ ਹੈ ਕਿ ਨਾਮ ਦੇ ਕੀ ਫਾਇਦੇ ਹੈ। ਸ਼ਬਦ ਭੇਦ ਲੈ ਕਰ ਤੁਮ ਉਨਸੇ, ਸ਼ਬਦ ਕਮਾਓ ਤੁਮ ਤਨ ਮਨ ਸੇ, ਆਪਣੇ ਜੀਵ ਕੀ ਕੁਛ ਦਇਆ ਪਾਲੋ, ਚੌਰਾਸੀ ਕਾ ਫੇਰ ਬਚਾਲੋ, ਨੈ ਨਰਕਨ ਮੇ ਅਤ ਦੁਖ ਪੈ ਹੋ, ਕੁੰਡ ਮੇ ਚਿੰਨ ਚਿੰਨ ਦੇਓ। ਭਜਨ ਸਿਮਰਨ ਕਰਨਾ, ਨੇਕ ਪਾਕ ਜੀਵਨ ਬਿਤਾਉਣਾ, ਅਸੀਂ ਕੋਈ ਕਿਸੇ ਦੇ ਜੁੰਮੇ ਆਸਾਨ ਨਹੀਂ ਕਰਨਾ, ਇਹ ਤਾਂ ਅਸੀਂ ਆਪਣੇ ਉੱਤੇ ਰਹਿਮ ਕਰਨਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਜੋ ਆਦਮੀ ਆਪਣੇ ਤੇ ਰਹਿਮ ਨਹੀਂ ਕਰਦਾ ਗਾ ਉਸ ਤੇ ਦੂਸਰਾ ਕਿਸ ਤਰ੍ਹਾਂ ਰਹਿਮ ਕਰੂਗਾ। ਇਹੀ ਸਵਾਮੀ ਜੀ ਮਹਾਰਾਜ ਸਾਨੂੰ ਚੇਤਾਵਨੀ ਦਿੰਦੇ ਹੈ, ਤੁਸੀਂ ਆਪਣੇ ਜੀਵ ਤੇ ਰਹਿਮ ਕਰੋ, ਨਾਮ ਦੀ ਕਮਾਈ ਕਰੋ, ਸ਼ਬਦ ਦੀ ਕਮਾਈ ਕਰੋ। ਇਸ ਵਾਸਤੇ ਆਪ ਕਹਿੰਦੇ ਆ ਅਗਰ ਇਹ ਗਫਲਤ ਤੁਹਾਨੂੰ ਹੁਣ ਜਿਹੜੀ ਕਰ ਰਹੇ ਹੋ ਇਹ ਬੜੀ ਸਤਾਏਗੀ, ਬੜੀ ਇਹ ਮਹਿੰਗੀ ਪੈਂਦੀ ਹੈ। ਇਸ ਵਾਸਤੇ ਕਹਿਣ ਲੱਗੇ ਕਿ ਇਹ ਤਾਂ 20-50 ਸਾਲ ਦੀ ਉਮਰ ਹੈ, ਅਗਰ ਅੱਛੇ ਪਲਾਂ ਤੇ ਪੈ ਕੇ ਕੱਢ ਦਿੱਤੀ, ਅੱਛੇ ਖਾਣਿਆਂ ਦੇ ਵਿੱਚ ਕੱਢ ਦਿੱਤੀ, ਵਿਸ਼ੇ ਵਕਾਰਾਂ 'ਚ ਕੱਢ ਦਿੱਤੀ, ਇਹਨੇ ਤਾਂ ਵੀ ਨਿਕਲ ਜਾਣਾ ਹੈ। ਅਗਰ ਇਹੀ ਸਾਲ ਅਸੀਂ ਪ੍ਰਭੂ ਦੀ ਭਗਤੀ ਵਿੱਚ ਲਾਈਏ ਤਾਂ ਸਦਾ ਵਾਸਤੇ ਅਸੀਂ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਨਹੀਂ ਤਾਂ ਨਰਕਾਂ ਦੇ ਵਿੱਚ ਕਾਲ ਸਿੱਟ ਦੇਗਾ, ਅਤੀ ਦੁਖੀ ਕਰੇਗਾ। ਫਿਰ ਯਾਦ ਆਏਗਾ ਕਿ ਅਸੀਂ ਇਨਸਾਨੀ ਜਾਮੇ ਦਾ ਜੋ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਸੀ ਫਾਇਦਾ ਨਾ ਉਠਾਇਆ।
नह नरकन में अत दुख पे हो, अगन कुंड में चिन चिन दे हो। यह सुख चार दिनों का पाई, फिर दुख सदा होए दुखदाई। बार बार मैं कहूँ चिताई, दया तुम्हारी मोहे सताई। कहन लगे जिन्ना तुई सुख समझदे हो, ये तो चार दिनां दे है, हो सकदा साडे बैठे बैठे पता नहीं कद दुखां विच तब्दील हो जाने है, कद बीमारी आ जानी है, कद कोई बुरी घटना घट जानी है। कहन लगे चारां दिनां दे है, इस सुखां दे पिछे बड़े दुख छिपे हुंदे है, सानू पता नहीं जद घटना घटदी है पता लगदा है। इस वास्ते संत कहिंदे है जिहड़े तुसीं कष्ट भोगदे हो, साडे दिल विच बड़ी दया है, सानू बड़ा दर्द हुंदा है, तुसीं क्यों नाम की कमाई नहीं करते, क्यों इंसानी जामे तो फायदा नहीं उठाते। इस वास्ते कह लगे सानू तुहाडे ते दर्द है, तुहाडे नाल लगाओ है, इस वास्ते तुहानू वार वार स्वामी जी महाराज कहिंदे है तुहाडी दया संतां जीवां ते दया आउंदी है, उही उहनां नू सताउंदी है। बार बार मैं कहूं चिताई, दया तुम्हारी मोहे सताई। मेरे मन करुणा असे आई, जे तो तुम गुर हुए सहाई। बिन गुर और नाम पूजो कोई, दर्शन कर गुर पद नित से। स्वामी जी उपरी दस्या सीगे भगती की दी करनी है, गुरु दी करनी है। हुण आप कहण लगे तुसी गुरु दी भगती करो, गुरु आके सहायता करेगा जिथे सहायता की जरूरत है। अगर असि भजन सिमरन करते हैं, अगर असि भजन सिमरन नहीं करते गे, महाराज सावण कहिंदे हुंदे सीगे फिर असि इंतजार करते हैं, वह साडी गलती है। तुलसी साहब ने कहा सीगा संत जीव की बिपत छडावे, करमी जीव जगत को जावे। संत तो सानू इन्हां बिपता दे विच फसिआं नूं कढ़न वास्ते आउंदे है, असी लोग की करते हैं उन्हां तो दुनिया दीआं चीज़ां ही मंगदे हैं। कोई कहिंदा जी मेरी लड़की की शादी नहीं, कोई अच्छा वरन मिल जाए, कोई कहिंदा जी मैनू मेरे लड़के नूं कोई अच्छी लड़की मिल जाए, कोई कहिंदा मेरी बीमारी दूर होवे, कोई कहिंदा बेरोजगारी दूर होवे, कोई कहिंदा जी मैनूं मुकदमा पिया है ये दूर होए। हुण तुसीं सोच के देख सकते हो संत तां तुहानूं इन्हां दे विच्चों कढ़न वास्ते आए है, तुहानूं नाम की दवाई दित्ती है। इस वास्ते आप कहण लगे तुसीं की करो, गुरु की भगती करो, क्योंकि गुरु ही तुहाडी मदद कर सकता है, गुरु ही तुहाडी सहायता कर सकता है जी। बिन गुर और नाम पूजो कोई, दर्शन कर गुर पद नित से। गुर पूजा
में सब की पूजा, जस समुंदर सब नदी समाजा, देवी देवाम ईश महेशा, सूरज शेषर गौर ਸਮੁੰਦਰ ਦੇ ਵਿੱਚ ਇਸ਼ਨਾਨ ਕਰ ਲਿਆ, ਉਹਨੇ ਸਾਰੀਆਂ ਨਦੀਆਂ ਨਾਲਿਆਂ ਵਿੱਚ ਇਸ਼ਨਾਨ ਕਰ ਲਿਆ। ਇਸੇ ਤਰ੍ਹਾਂ ਜਿਸਨੇ ਗੁਰੂ ਦੀ ਪੂਜਾ ਕਰ ਲਈ, ਗੁਰੂ ਨੂੰ ਪ੍ਰਗਟ ਕਰ ਲਿਆ ਹੈ, ਗੁਰੂ ਦੀ ਭਗਤੀ ਕਰ ਲਈ ਹੈ, ਉਹਨੇ ਸਾਰੇ ਦੇਵੀ ਦੇਵਤੇ ਪੂਜ ਲਏ ਹੈ। ਕਿਉਂਕਿ ਮੂਲ ਚੱਕਰ ਦੇ ਵਿੱਚ ਗਣੇਸ਼ ਹੈ, ਇੰਦਰੀ ਚੱਕਰ ਦੇ ਵਿੱਚ ਬਰਮਾ ਹੈ, ਨਾਭੀ ਦੇ ਵਿੱਚ ਵਿਸ਼ਨ ਹੈ, ਵਿਸ਼ਨੂੰ ਹੈ, ਔਰ ਹਿਰਦੇ ਦੇ ਵਿੱਚ ਸ਼ਿਵ ਹੈ, ਔਰ ਕੰਠ ਦੇ ਵਿੱਚ ਸ਼ਕਤੀ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਅਸੀਂ ਤਾਂ ਇਹਦੇ ਉੱਪਰ ਜਾਣਾ ਹੁੰਦਾ ਹੈ, ਜੋ ਜਿਸਨੇ ਗੁਰੂ ਦੀ ਪੂਜਾ ਕਰ ਲਈ ਹੈ, ਉਹਨੇ ਸਾਰੇ ਦੇਵੀ ਦੇਵਤੇ ਪੂਜ ਲਏ ਹੈ ਜੀ। ਦੇਵੀ ਦੇਵਾ ਈਸ਼ ਮਹੇਸ਼ਾ, ਸੂਰਜ ਸ਼ੇਸ਼ਰ ਗੌਰ ਗਣੇਸ਼ਾ, ਬ੍ਰਹਮ ਔਰ ਪਾਰ ਬ੍ਰਹਮ ਸਤਨਾਮ, ਤੀਨ ਲੋਕ ਔਰ ਚੌਥਾ ਤਾਮ, ਗੁਰ ਸੇਵਾ ਮੇਂ ਸਭ ਕੀ ਸੇਵਾ, ਰੰਚਕ ਪਰਮ ਨਾਮ ਪਿਆਰ ਨਾਲ ਕਹਿੰਦੇ ਬ੍ਰਹਮ ਪਾਰ ਬ੍ਰਹਮ ਤੁਹਾਡੇ ਅੰਦਰੇ ਹੀ ਹੈ, ਜੋ ਤੁਸੀਂ ਇਹਨਾਂ ਦੇ ਪਾਸ ਦੀ ਲੰਘੋਗੇ। ਆਪ ਪਿਆਰ ਨਾਲ ਕਹਿੰਦੇ ਹੈ ਕਿ ਇਹਨਾਂ ਦੀ ਵੀ ਸੇਵਾ ਹੋਵੇ। ਸੰਤ ਮਹਾਤਮਾ ਜੋ ਸਾਨੂੰ ਪਵਿੱਤਰ ਪੰਜ ਨਾਮ ਦਿੰਦੇ ਹੈ, ਉਹ ਇਹਨਾਂ ਹੀ ਧਨੀਆਂ ਦੇ ਨਾਮ ਹੁੰਦੇ ਹੈ, ਔਰ ਲੇਕਿਨ ਸਾਨੂੰ ਖਿੱਚਣ ਵਾਲੀ ਤਾਕਤ ਹੈ, ਉਹ ਸ਼ਬਦ ਹੈ। ਆਤਮਾ ਜਦ ਵੀ ਸੱਚਖੰਡ ਦੇ ਵਿੱਚ ਜਾਂਦੀ ਹੈ, ਉਹ ਸ਼ਬਦ ਤੇ ਸਵਾਰ ਹੋ ਕੇ ਜਾਂਦੀ ਹੈ। ਇਹ ਰਸਤੇ ਤੇ ਸਭ ਕੁਛ ਹੀ ਸਵਾਮੀ ਜੀ ਮਹਾਰਾਜ ਕਹਿੰਦੇ ਆ, ਤੁਸੀਂ ਦੇਖਦੇ ਜਾਂਦੇ ਹੋ, ਮਿਲਦੇ ਜਾਂਦੇ ਹੋ, ਗੁਰੂ ਤੁਹਾਡੇ ਨਾਲ ਹੈ। ਆਪ ਕਹਿਣ ਲੱਗੇ ਇਹਦੇ ਵਿੱਚ ਰੰਚਕ ਕੋਈ ਭਰਮ ਕਰਨ ਦੀ ਗੁਜਾਇਸ਼ ਹੀ ਨਹੀਂ। ਸਵਾਮੀ ਜੀ ਕਹਿੰਦੇ ਆ ਮਹਾਤਮਾ ਦੀ ਬਾਣੀ ਜੋ ਹੈ ਇਹ ਤਜਰਬਾ ਕਰਕੇ ਲਿਖੀ ਹੈ ਜੀ। ਗੁਰ ਸੇਵਾ ਮੇਂ ਸਭ ਕੀ ਸੇਵਾ, ਰੰਚਕ ਪਰਮ ਨਾਮਾਨੋ ਪੇਵਾ, ਤਾਂ ਤੇ ਬਾਰ ਬਾਰ ਸਮਝਾਉਂ, ਗੁਰ ਕੀ ਭਗਤੀ ਛਿਨ ਛਿਨ ਇੱਕ ਛਿਨ ਮੇਂ ਤਰਤੇ। ਸਵਾਮੀ ਜੀ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਵਾਰ ਵਾਰ ਸਮਝਾ ਰਹੇ ਹਾਂ ਕਿ ਗੁਰੂ ਦੀ ਭਗਤੀ ਕਰੋ। ਬਗੈਰ ਗੁਰੂ ਦੀ ਭਗਤੀ ਤੋਂ ਕਾਇਆ ਦੇ ਵਿੱਚੋਂ ਛੁੱਟਣ ਦਾ ਹੋਰ ਕੋਈ ਤਰੀਕਾ ਹੀ ਨਹੀਂ। ਗੁਰਮੁਖ ਕੌਣ ਹੈ ਜੋ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ, ਗੁਰੂ ਦਾ ਮੂੰਹ ਬਣ ਜਾਂਦਾ ਹੈ ਜੀ। ਗੁਰਮੁਖ ਹੋਏ ਗੁਰ ਆਗਿਆ ਬਰਤੇ,
ਗੁਰ ਬਰਤੀ ਇੱਕ ਛਿਨ ਮੇਨ ਤਰ ਤੇ ਗੁਰ ਮਹਿਮਾ ਮੈਂ ਕਹਾਂ ਲਗ ਗਾਉਂ ਗੁਰੂ ਸਮਾਨ ਕੋਏ ਔਰ ਨਾ ਪਾਉਂ ਕਹਿਣ ਲੱਗੇ ਗੁਰੂ ਜੈਸਾ ਕੋਈ ਦਿਸਦਾ ਹੀ ਨਹੀਂ ਮੈਂ ਕੀ ਉਹਦੀ ਮਹਿਮਾ ਬਿਆਨ ਕਰਾਂ ਸਹਿਜੋ ਬਾਈ ਨੇ ਵੀ ਕਿਹਾ ਸੀ ਰਾਮ ਤਜੂ ਪਰ ਗੁਰ ਨਾ ਵਸਾਰੂ ਕਹਿੰਦੇ ਰਾਮ ਨੂੰ ਮੈਂ ਤਜ ਸਕਦੀ ਹੈ ਗੁਰੂ ਨੂੰ ਮੈਂ ਵਸਾਰ ਵੀ ਨਹੀਂ ਸਕਦੀ ਭੂਲ ਵੀ ਨਹੀਂ ਸਕਦੀ ਕਿਉਂਕਿ ਹਰ ਨੇ ਜਨਮ ਦੀਆ ਜਗ ਮਾਹੀ ਗੁਰ ਨੇ ਆਵਾ ਗਵਨ ਛਡਾਈ ਹਰੀ ਨੇ ਮੈਨੂੰ ਦੁਨੀਆਂ ਚ ਜਨਮ ਦਿੱਤਾ ਜੰਮਣ ਮਰਨ ਦੇ ਵਿੱਚ ਪਾਇਆ ਕਹਿਣ ਲਈ ਗੁਰੂ ਨੇ ਨਾਮ ਦਾ ਭੇਦ ਦੇ ਕੇ ਆਵਾਗਮਨ ਦਾ ਚੱਕਰੀ ਖਤਮ ਕਰ ਦਿੱਤਾ ਫੇਰ ਕਹਿਣ ਲੱਗੇ ਕਿ ਹਰ ਨੇ ਮੋਸੇ ਆਪ ਛਪਾਇਓ ਗੁਰਦੀਪ ਕਦੇ ਤਾਹੇ ਦਿਖਾਇਓ ਹਰੀ ਆਪ ਭਗਵਾਨ ਮੇਰੇ ਅੰਦਰ ਛਿਪ ਕੇ ਬੈਠ ਗਿਆ ਮੈਂ ਅਨੇਕਾਂ ਜਨਮ ਪਾਏ ਗੁਰੂ ਨੇ ਨਾਮ ਦਾ ਦੀਵਾ ਅੰਦਰ ਰੋਸ਼ਨੀ ਕਰ ਦਿੱਤੀ ਦਿਖਾ ਦਿੱਤਾ ਕਿ ਆਹ ਤੇਰਾ ਰਸਤਾ ਹੈ ਇਸ ਤੇ ਤੈਂ ਚੱਲਣਾ ਹੈ ਫੇਰ ਕਹਿਣ ਲੱਗੇ ਹਰ ਨੇ ਪਾਂਚ ਚੋਰ ਦੀ ਇਹ ਸਾਥਾ ਗੁਰ ਨੇ ਲਈ ਛਡਾਏ ਅਨਾਥਾ ਹਰੀ ਨੇ ਕੀ ਕੀਤਾ ਪੰਜ ਚੋਰ ਕਾਂ ਕ੍ਰੋਧ ਲੋਭ ਹੰਕਾਰ ਇਹ ਹਰ ਇਨਸਾਨ ਬੰਦਰ ਦੀ ਤਰ੍ਹਾਂ ਨਚਾ ਰਹੇ ਹੈ ਗੁਰੂ ਨੇ ਅਨਾਥ ਸਮਝ ਕੇ ਯਤੀਮ ਸਮਝ ਕੇ ਨਾਮ ਦਾ ਭੇਦ ਦੇ ਕੇ ਬਚਾ ਲਈ ਹੈ ਇਸ ਵਾਸਤੇ ਆਪ ਕਹਿਣ ਲੱਗੀ ਮੈਂ ਕੋਈ ਹਰੀ ਦੀ ਨਿੰਦਿਆ ਨਹੀਂ ਕਰਦੀ ਕੋਈ ਮੈਨੂੰ ਹਰੀ ਗੁਰੂ ਦੇ ਸਮਾਨ ਹੋਰ ਕੋਈ ਦਿਸਦਾ ਹੀ ਨਹੀਂ ਅਗਰ ਕੋਈ ਕੱਢਣ ਵਾਲਾ ਹੈ ਇਸ ਨਰਕ ਦੇ ਵਿੱਚੋਂ ਇਹ ਦੁਨੀਆਂ ਦੇ ਵਿੱਚੋਂ ਇੱਕ ਗੁਰੂ ਹੀ ਗੁਰੂ ਹੈ ਇਸ ਵਾਸਤੇ ਆਪ ਸਵਾਮੀ ਜੀ ਮਹਾਰਾਜ ਕਹਿੰਦੇ ਆ ਗੁਰ ਮਹਿਮਾ ਮੈਂ ਗੁਰੂ ਦੀ ਮਹਿਮਾ ਕੀ ਬਿਆਨ ਕਰਾਂ ਉਹਦੇ ਕੋਈ ਬਰਾਬਰ ਦਿਸਦਾ ਹੀ ਨਹੀਂ ਨਾ ਕੋਈ ਦੇਵਤਾ ਦਿਸਦਾ ਨਾ ਕੋਈ ਦੇਵੀਆਂ ਦਿਸਦੀਆਂ ਹਨ ਗੁਰੂ ਜੋ ਹੈ ਉਹ ਆਪਦੀ ਮਿਸਾਲ ਆਪ ਹੀ ਹੈ ਗੁਰ ਮਹਿਮਾ ਮੈਂ ਕਹਾਂ ਲਗ ਗਾਉਂ ਗੁਰੂ ਸਮਾਨ ਕੋਈ ਔਰ ਨਾ ਪਾਉਂ ਗੁਰੂ ਅਸਤਤ ਹੈ ਸਭ ਮਤ ਮਾਹੀ ਗੁਰ ਸੇ ਬੇਮੁਖ ਠਾਰ ਨਾ ਪਾਹੀ ਹਕੂਮਤ ਜਗ ਕੀ ਤਨ ਅਰ ਹਾਕਮ ਕੇ ਬਸ ਰਹਿਤੀ ਆ ਪਿਆਰ ਨਾਲ ਕਹਿੰਦੇ ਆ ਹਰ ਸਮਾਜ ਦੇ ਅੰਦਰ ਗੁਰੂ ਦੀ ਮਹਿਮਾ ਹੈ ਲੇਕਿਨ ਅਸੀਂ ਇੱਥੇ ਆ ਕੇ ਸਾਰੇ ਗਲਤੀ ਖਾ ਜਾਂਦੇ ਹਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਗਾ ਕਿ ਗੁਰੂ ਕਿਹੜਾ ਹੈ ਉੱਪਰ ਦੱਸ ਕੇ ਆਏ ਸੀ ਕਿ ਸ਼ਬਦ ਸਰੂਪੀ ਸ਼ਬਦ ਅਭਿਆਸੀ ਹੀ ਗੁਰੂ ਹੁੰਦਾ ਹੈ ਉਹ ਗੁਰੂ ਨਹੀਂ ਹੁੰਦਾ ਜਿਹਨੇ ਕੰਨ ਚ ਫੂਕ ਮਾਰ ਦਿੱਤੀ ਕਿ ਮੈਂ ਤੇਰਾ ਗੁਰੂ ਬਣ ਗਿਆ ਹੈ ਗੁਰੂ ਨਾਨਕ ਕਹਿੰਦੇ ਕਿ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਿਮਣ ਥੀਆ ਪਿਛਲੇ ਜਵਾਨਿਆਂ ਦੇ ਅੰਦਰ ਜ਼ਿਆਦੇ ਰਿਵਾਜ ਸੀ ਅੱਜ ਕੱਲ੍ਹ ਵੀ ਹੈ ਕਿ ਜਦ ਬੱਚੇ ਦਾ ਸੰਸਕਾਰ ਹੁੰਦਾ ਹੈ ਪੰਡਿਤ ਨੂੰ ਸੱਦਿਆ ਜਾਂਦਾ ਹੈ ਉਹ ਆ ਕੇ ਆਪਣੀ ਪੱਤਰੀ ਦਾ ਹਿਸਾਬ ਕਿਤਾਬ ਲਾ ਕੇ ਕੰਨ ਦੇ ਵਿੱਚ ਕੁਛ ਬੋਲਦਾ ਹੈ ਕਿ ਅੱਗੇ ਵਾਸਤੇ ਗੁਰੂ ਬ੍ਰਹਿਮਣ ਹੋ ਗਿਆ ਹੈ ਲੇਕਿਨ ਸੰਤ ਮਤ ਦੇ ਵਿੱਚ ਇਹ ਨਹੀਂ ਸੰਤ ਮਤ ਦੇ ਵਿੱਚ ਤਾਂ ਇਹ ਹੀ ਹੈ ਕਿ ਗੁਰੂ ਪੂਰਾ ਹੋਵੇ ਸ਼ਬਦ ਅਭਿਆਸੀ ਹੋਵੇ ਸ਼ਬਦ ਸਰੂਪੀ ਹੋਵੇ
ਜੋ ਆਪ ਡੁੱਬਿਆ ਹੈ ਉਹ ਦੂਸਰੇ ਨੂੰ ਕਿਸ ਤਰ੍ਹਾਂ ਤਾਰੇਗਾ। ਗੁਰੂ ਨਾਨਕ ਦੀ ਬਾਣੀ ਹੈ, ਜੋ ਡੁੱਬੰਦੇ ਆਪ ਸੇ ਤਾਰੇ ਖਿਲਕੇ ਤਰੰਦੜੋ ਪੀ ਤਾਰ ਨਾਨਕ ਪਿਰਸੋ ਰਤਿਆ। ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ, ਅਸੀਂ ਸਾਰੇ ਮਹਿਮਾ ਕਰਦੇ ਹਾਂ। ਕਬੀਰ ਸਾਹਿਬ ਕਹਿੰਦੇ ਹੈ, ਕਬੀਰ ਨਗੁਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਗੁਰੇ ਦੀ ਪਿੱਠ ਪਰ ਲੱਖ ਪਾਪੋਂ ਦਾ ਭਾਰ। ਕਹਿਣ ਲੱਗੇ ਹਜ਼ਾਰਾਂ ਪਾਪੀ ਮਿਲ ਜਾਵੇ ਉਹ ਨਗੁਰੇ ਨਾਲੋਂ ਬਿਹਤਰ ਹੈ, ਕਿਉਂਕਿ ਉਹਦੀ ਪਿੱਠ ਦੇ ਉੱਤੇ ਬੜਾ ਭਾਰ ਹੈ। ਸਾਡੇ ਹਿੰਦੂ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ ਕਿ ਨਗੁਰੇ ਦੇ ਹੱਥ ਦਾ ਜੋ ਪਾਣੀ ਹੈ ਉਹ ਸ਼ਰਾਬ ਦੇ ਤੁੱਲ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਹੈ, ਰਾਮ ਕ੍ਰਿਸ਼ਨ ਸੇ ਕੋ ਬੜੋ ਤਿੰਨਹੂ ਪੀ ਗੁਰਕੀਨ, ਤੀਨ ਲੋਕੇ ਨਹਿਕਾਂ ਗੁਰੇ ਅੱਗੇ ਅਧੀਨ। ਜੋ ਵੀ ਦੁਨੀਆਂ ਵਿੱਚ ਆਇਆ ਸਭ ਨੇ ਇਸ ਪਾਸੇ ਨੂੰ ਗੁਰੂ ਦੀ ਮਹਿਮਾ ਨੂੰ ਵਡਿਆਇਆ ਹੈ, ਸਲਾਹਿਆ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ। ਆਪ ਕਹਿਣ ਲੱਗੇ, ਜੋ ਗੁਰੂ ਤੋਂ ਨਾਮ ਤਾਂ ਲੈਂਦਾ ਨਹੀਂ ਗਾ, ਨਾਮ ਦੀ ਕਮਾਈ ਨਹੀਂ ਕਰਦਾ, ਆਪਣੇ ਮਨ ਦੇ ਅੰਦਰ ਕਿੰਨਾ ਹੀ ਸੁਚੇਤ ਹੋਇਆ ਫਿਰਦਾ ਹੋਵੇ, ਉਹ ਕਿਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਖੇਤ ਦੇ ਅੰਦਰ ਇੱਕ ਪੌਦਾ ਤਿਲਾਂ ਦਾ ਵੀ ਹੁੰਦਾ ਹੈ, ਛੁੱਟਾ ਤਿਲ ਵਾੜ ਦਿਓ ਸੁੰਝਾ ਅੰਦਰ ਖੇਤ, ਉਹਨੂੰ ਫਲ ਵੀ ਲੱਗਦੇ ਹੈ, ਫੁੱਲ ਵੀ ਲੱਗਦੇ ਹੈ, ਪੱਤੇ ਵੀ ਹੁੰਦੇ ਹੈ, ਦੇਖਣੇ ਚ ਦੂਜਿਆਂ ਨਾਲ ਸੋਹਣਾ ਹੁੰਦਾ ਹੈ, ਲੇਕਿਨ ਬੀਜ ਨਹੀਂ ਪੈਂਦਾ ਗਾ। ਜੀਨੀਦਾਰ ਲੋਕਾਂ ਨੂੰ, ਕਾਸ਼ਤ ਕਰਨ ਵਾਲਿਆਂ ਨੂੰ ਪਤਾ ਹੁੰਦਾ ਹੈ, ਉਹ ਉਹਨੂੰ ਉੱਥੇ ਅਲੱਗ ਹੀ ਛੱਡ ਆਉਂਦੇ ਆ, ਉਹ ਕਿਸੇ ਕੰਮ ਦਾ ਨਹੀਂ ਹੁੰਦਾ ਗਾ। ਇਸੇ ਤਰ੍ਹਾਂ ਪ੍ਰਭੂ ਕਹਿੰਦਾ ਹੈ, ਅਗਰ ਤੁਸੀਂ ਮੈਨੂੰ ਮਿਲਣਾ ਹੈ ਸਭ ਤੋਂ ਪਹਿਲਾਂ ਪੂਰੇ ਗੁਰੂ ਤੋਂ ਨਾਮਦਾਨ ਪ੍ਰਾਪਤ ਕਰੋ। ਅਗਰ ਅਸੀਂ ਬਗੈਰ ਗੁਰੂ ਤੋਂ ਰਾਮ ਦੀ ਭਗਤੀ ਕਰਨ ਜਾਂਦੇ ਹਾਂ ਉਹ ਸਾਨੂੰ ਅੱਗੋਂ ਠੁਕਰਾ ਦਿੰਦਾ ਹੈ ਜੀ। ਓਗ ਬਿਲਾਸ ਹਕੂਮਤ ਜਗ ਕੀ, ਤਨ ਔਰ ਹਾਕਮ ਕੇ ਬਸ ਰਹਿਤੀ, ਹਾਕਮ ਸੇਵਾ ਤੁਮ ਕਸ ਕਰਤੇ, ਤਨ ਔਰ ਮਾਨ ਬੜਾਈ ਲੇਤੇ। ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਤੁਸੀਂ ਕਿੰਨੀ ਮਿਹਨਤ ਕਰਦੇ ਹੋ, ਭੋਗ ਬਲਾਸਨ ਚੰਗੇ ਚੰਗੇ ਉਹਨਾਂ ਨੂੰ ਬਣਾਉਣ ਵਾਸਤੇ ਕਿੰਨੀ ਮਿਹਨਤ ਕਰਦੇ ਹੋ, ਹਾਕਮਾਂ ਦੀ ਕਿੰਨੀ ਤੁਸੀਂ ਤਾਬੇਦਾਰੀ ਕਰਦੇ ਹੋ ਕਿ ਸਾਡੇ ਤੇ ਖੁਸ਼ ਹੋਣ, ਸਾਡਾ ਹੋਰ ਵੀ ਉੱਚਾ ਉਹਦਾ ਕਰਨ। ਕਹਿਣ ਲੱਗੇ, ਤੁਸੀਂ ਦਿਨ ਰਾਤ ਉਹਨਾਂ ਦੀ ਤਾਬੇਦਾਰੀ ਕਰਦੇ ਹੋ ਜੀ। ਹਾਕਮ ਸੇਵਾ ਤੁਮ ਕਸ ਕਰਤੇ, ਤਨ ਔਰ ਮਾਨ ਬੜਾਈ ਅਸ ਸਿਰ ਧਰਤੇ, ਖਾਨ ਪਾਨ ਨਿੰਦਰਾ ਵੀ ਤਜਤੇ, ਸੋ ਤਨ ਜੋੜ ਕੀ ਆਗਿਆ ਪਾਈ, ਜਗਤ ਲਾਜ ਮੇਦੀਆ ਲਗੇ। ਕਾਹਦੇ ਵਾਸਤੇ ਤੁਸੀਂ ਇੰਨੀ ਸਖਤ ਮੁਸ਼ਕਤ ਕਰਦੇ ਹੋ ਧਨ ਪ੍ਰਾਪਤ ਵਾਸਤੇ, ਕਿ ਸਾਡੇ ਤੇ ਸਾਡੇ ਸਭ ਖੁਸ਼ ਹੋਣਗੇ, ਧਨ ਪਦਾਰਥ ਦੇਣਗੇ, ਕਿਵੇਂ ਖਾਣਾ ਵੀ ਛੱਡ ਦਿੰਦੇ ਹੋ, ਨਿੰਦਰਾ ਸੋਣਾ ਵੀ ਛੱਡ ਦਿੰਦੇ ਹੋ, ਬੜੇ ਬੜੇ ਕਸ਼ਟ ਸਹਾਰਦੇ ਹੋ। ਕਹਿਣ ਲੱਗੇ,
ਉਹ ਧਨ ਜੋੜ ਕੇ ਕੀ ਕੀਤਾ, ਕੋਈ ਲੜਕੀ ਦੀ ਸ਼ਾਦੀ ਹੋਈ, ਪੈਸਾ ਬੇਬਹਾ ਲਾ ਦਿੱਤਾ, ਕੋਈ ਹੋਰ ਲੋਕ ਲਾਜ ਆਈ ਉਹਦੇ ਵਿੱਚ ਲਾ ਦਿੱਤਾ, ਉਸ ਧਨ ਤੋਂ ਵੀ ਫਾਇਦਾ ਨਾ ਉਠਾਇਆ, ਜਗਤ ਲਾਜਮੀ ਦੀਆ ਉਡਾਈ ਜੀ। ਸੋ ਧਨ ਜੋੜ ਕੀਆ ਕਿਆ ਪਾਈ, ਜਗਤ ਲਾਜ ਮੇਂ ਦੀਆ ਉਡਾਈ, ਸੋ ਜਗ ਕੀ ਗਤ ਪਹਿਲੇ ਪਾਖੀ, ਚਾਰ ਦਿਨਾਂ ਫਿਰ ਐਨੇ ਬਾਕੀ, ਸੋ ਤਨ ਕਾਰਣ ਹਾਕਮ ਸੇਵਾ, ਐਸੀ ਕਰਤੇ ਕਿਆ ਕਹੂੰ ਪੇਵਾ, ਗੁਰ ਸੇਵਾ ਜੋ ਸਦਾ ਸਹਾਈ, ਪੀਠ ਦਿਖਾਈ। ਆ ਪਿਆਰ ਨਾ ਕਹਿੰਦੇ ਹੈ, ਦੁਨੀਆਂ ਦੀ ਮਾਨ ਵਡਿਆਈ ਦੀ ਖਾਤਰ, ਧਨ ਪਦਾਰਥਾਂ ਦੀ ਖਾਤਰ ਕਿਸ ਤਰ੍ਹਾਂ ਤੁਸੀਂ ਜਾ ਕੇ ਹਾਕਮਾਂ ਦੀ ਤਾਬੇਦਾਰੀ ਕਰਦੇ ਹੋ, ਉਹ ਪੈਸੇ ਨੂੰ ਤੁਸੀਂ ਕਿਸ ਤਰ੍ਹਾਂ ਲੋਕ ਇਲਾਜ ਵਿੱਚ ਉਡਾ ਦਿੰਦੇ ਹੋ, ਉਹ ਬੱਲੇ ਬੱਲੇ ਜੋ ਹੈ ਦੁਨੀਆਂ ਦੀ ਕਿ ਇਹ ਬਈ ਬੜਾ ਧਨੀ ਹੈ, ਬੜਾ ਅੱਛਾ ਹੈ, ਇਸਨੇ ਬੜਾ ਖਰਚਾ ਕੀਤਾ ਹੈ, ਉਹ ਦੋ ਦਿਨਾਂ ਦੀ ਹੁੰਦੀ ਹੈ, ਮਗਰ ਉਹ ਕੌਣ ਕਿਸੇ ਦਾ ਨਾਂ ਲੈਂਦਾ ਹੈ, ਇਸ ਵਾਸਤੇ ਆਪ ਗੁਰ ਸੇਵਾ ਜੋ ਸਦਾ ਸਾਈ ਤਾਂ ਕੋ ਐਸੀ। ਦੂਜੇ ਪਾਸੇ ਗੁਰੂ ਦੀ ਸੇਵਾ, ਗੁਰੂ ਦਾ ਨਾਮ ਜਪਣਾ, ਜਿਹਨੇ ਸਾਡੀ ਇੱਥੇ ਉੱਥੇ ਮਦਦ ਕਰਨੀ ਹੈ, ਉਸ ਨੂੰ ਅਸੀਂ ਪਿੱਠ ਕੀਤੀ ਹੋਈ ਹੈ, ਉਹਦੀ ਤਰਫ ਅਸੀਂ ਆਲਸ ਕੀਤਾ ਹੋਇਆ ਹੈ। ਗੁਰ ਸੇਵਾ ਜੋ ਸਦਾ ਸਹਾਈ, ਤਾਂ ਕੋ ਐਸੀ ਪੀਠ ਦਿਖਾਈ, ਦਿਨ ਨੇ ਪੱਖ ਮਾਸ ਨੇ ਬਰਸਾ, ਕਭੀ ਨ ਦਰਸ਼ਨ ਕੋ ਮਨ ਤਰਸਾ, ਕਹੂੰ ਕੈਸੇ ਤੁਮਰਾ ਉਧਾਰਾ, ਨਰਕ ਨਿਵਾਸ ਦੁੱਖ ਚੌਤਾਰਾ। ਸਵਾਮੀ ਜੀ ਮਹਾਰਾਜ ਕਹਿੰਦੇ ਆ, ਕਿਸ ਤਰ੍ਹਾਂ ਤੁਹਾਡਾ ਉਧਾਰ ਹੋਏਗਾ, ਤੁਸੀਂ ਜਿੰਦੇ ਜੀ ਵੀ ਨਰਕ ਦੇ ਵਿੱਚ ਹੋ ਔਰ ਮਰਿਆਂ ਵੀ ਨਰਕ ਵਿੱਚ ਜਾਣਾ ਹੈ। ਆ ਪਿਆਰ ਨਾਲ ਕਹਿੰਦੇ ਹੈ ਕਿ ਅਸੀਂ ਇਹ ਦੁਨੀਆਂ ਦੇ ਜਿਹਦੇ ਅੰਦਰ ਵਿਸ਼ੇ ਵਿਕਾਰਾਂ ਦੇ ਝੌਂਕੇ ਉੱਠ ਰਹੇ ਹੈ, ਜਿਹਨੂੰ ਕਾਮ ਦਾ ਕਸ਼ਟ ਹੋਇਆ ਹੈ, ਕ੍ਰੋਧ ਦਾ ਹੋਇਆ ਹੈ, ਕੀ ਤੁਸੀਂ ਉਹਨੂੰ ਸੌਖਾ ਸਮਝੋਗੇ? ਤੁਸੀਂ ਦੇਖ ਲਓ ਕ੍ਰੋਧੀ ਆਦਮੀ ਦੀ ਹਾਲਤ, ਦੇਖ ਲਓ ਡਾਕਟਰ ਤੋਂ ਜਾ ਕੇ ਤੁਸੀਂ ਚੈੱਕ ਕਰਾ ਕੇ ਦੇਖ ਲਓ ਕਿ ਖੂਨ ਦੇ ਅੰਦਰ ਕਿੰਨੀ ਜ਼ਹਿਰ ਫੈਲੀ ਹੁੰਦੀ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਆ, ਤੁਸੀਂ ਉਹਨਾਂ ਨੂੰ ਇਹ ਕਹੋਗੇ ਕਿ ਉਹ ਸੌਖੇ ਹੈ, ਇਸ ਵਾਸਤੇ ਕਹਿੰਦੇ ਉਹ ਨਰਕ ਦੇ ਵਿੱਚ ਫਸੇ ਹੋਏ ਹੈ, ਅੱਗੇ ਵੀ ਨਰਕ ਦੇ ਵਿੱਚ ਹੀ ਜਾਣਾ ਹੈ। ਕ੍ਰੋਧ ਦੇ ਵੱਸ ਹੋ ਕੇ ਬੰਦਾ ਕਈ ਦਫ਼ਾ ਬੁਰੇ ਕਰਮ ਕਰ ਪੈਂਦਾ ਹੈ, ਇਹੀ ਹਾਲਤ ਕਾਮ ਦੀ ਹੈ। ਕਾਮ ਨੇ ਬੜੇ ਬੜਿਆਂ ਦੀ ਮਿੱਟੀ ਪਲੀਤ ਕੀਤੀ, ਬੜੇ ਬੜਿਆਂ ਨੂੰ ਇਹ ਨਰਕ ਵਿੱਚ ਲੈ ਜਾਂਦਾ ਹੈ ਜੀ। ਕਹੂੰ ਕੈਸੇ ਤੁਮਰਾ ਉਧਾਰਾ, ਨਰਕ ਨਿਵਾਸ ਦੁੱਖ ਚੌਤਾਰਾ, ਉਸ ਦੁੱਖ ਮੇ ਕਹੋ ਕੌਣ ਸਹਾਈ, ਗੁਰ ਸੇ ਪ੍ਰੀਤ ਨਾ ਕਰੀ ਬਨਾ।
ਨਾਨਕ ਕਹਿੰਦੇ ਆ ਲੱਖਾਂ ਤੁਹਾਡੇ ਅੱਗੇ ਵਾਜੇ ਵੱਜਦੇ ਹੋਣ, ਲੱਖਾਂ ਸਲਾਮਾਂ ਕਰਦੇ ਹੋਣ, ਅਨੇਕਾਂ ਫੌਜਾਂ ਤੁਹਾਡੇ ਅੱਗੇ ਹੱਥ ਜੋੜ ਕੇ ਖੜੀਆਂ ਹੋਣ, ਕਿਤਨੇ ਤੁਸੀਂ ਮਹੱਲਾਂ ਦੇ ਮਾਲਕ ਹੋਵੋਗੇ, ਜਦ ਮੌਤ ਆਏਗੀ ਇਹ ਫੌਜਾਂ ਵੀ ਇੱਥੇ ਰਹਿ ਜਾਣਗੀਆਂ, ਉਹ ਵੰਦਨਾ ਕਰਨ ਵਾਲੇ ਵੀ ਇੱਥੇ ਰਹਿ ਜਾਣਗੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਵੀ ਉਹੀ ਕੁਛ ਕਹਿੰਦੇ ਹੈ ਕਿ ਪਿਆਰਿਓ, ਕਦੇ ਸੋਚਿਆ ਕਿ ਜਦ ਉਹ ਨਰਕਾਂ 'ਚ ਗਏ, ਕਸ਼ਟ ਦਿੱਤੇ, ਉਸ ਦੁੱਖ ਉਸ ਕਸ਼ਟ ਦੇ ਵਿੱਚ ਕੌਣ ਸਾਡੀ ਮਦਦ ਕਰੇਗਾ, ਕੋਈ ਸਾਡਾ ਸਹਾਇਤਾ ਕਰਨ ਵਾਲਾ ਹੈ ਜੀ? ਉਸ ਦੁੱਖ ਮੇਂ ਕਹੋ ਕੌਣ ਸਹਾਈ, ਗੁਰ ਸੇ ਪ੍ਰੀਤ ਨਾ ਕਰੀ ਬਨਾਈ, ਜੋ ਇਸ ਕੀ ਪ੍ਰਤੀਤ ਨ ਲਾਓ, ਤੋ ਮਨ ਆਪਣਾ ਜੋ ਸਮਝਾਓ। ਪਿਆਰ ਨਾਲ ਕਹਿੰਦੇ ਆ, ਅਗਰ ਜੇ ਤੁਸੀਂ ਇਹ ਪ੍ਰਤੀਤ ਨਹੀਂ ਕਰਦੇ ਗੇ ਕਿ ਸਾਨੂੰ ਤਾਂ ਮੌਤ ਆਉਣੀ ਨਹੀਂ, ਬੇਸ਼ੱਕ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ, ਸਾਥੀਆਂ ਨੂੰ, ਵਿਛੜਦਿਆਂ ਨੂੰ ਵੀ ਦੇਖਦੇ ਹਾਂ, ਪਰ ਅਸੀਂ ਸੋਚਦੇ ਹਾਂ ਸਾਡੇ ਵਾਸਤੇ ਤਾਂ ਸ਼ਰਾਬਾਂ ਕਬਾਬਾਂ ਹੀ ਹੈ, ਸਾਨੂੰ ਕਿਹੜਾ ਮੌਤ ਆਉਣੀ ਹੈ। ਕਹਿਣ ਲੱਗੇ, ਤੁਸੀਂ ਆਪਦੇ ਮਨ ਨੂੰ ਇਸ ਤਰ੍ਹਾਂ ਸਮਝਾ ਸਕਦੇ ਹੋ ਕਿ ਦਸਤ ਲੱਗਦੇ ਹੈ, ਬੁਖਾਰ ਚੜ੍ਹਦਾ ਹੈ, ਹੋਰ ਬੜੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਹੈ। ਕਹਿਣ ਲੱਗੇ, ਇਹ ਸਮਝੋ ਕਿ ਉਹ ਕਾਲ ਦੇ ਪੱਤਰ ਆ ਰਹੇ ਆ, ਤੁਹਾਨੂੰ ਚਿੱਠੀਆਂ ਆ ਰਹੀਆਂ ਹਨ ਵੀ ਹੁਣ ਅਜੇ ਵੀ ਭਜਨ ਸਿਮਰਨ ਕਰ ਲੈ, ਆ ਤੈਨੂੰ ਅਸੀਂ ਪੱਤਰ ਦਿੰਨੇ ਹੈ ਜੀ। ਜੋ ਇਸ ਕੀ ਪ੍ਰਤੀਤ ਨ ਲਾਓ, ਤੋ ਮਨ ਆਪਣਾ ਜੋ ਸਮਝਾਓ, ਰੋਗ ਦੁੱਖ ਨਿਤ ਪ੍ਰਤੀ ਸਤਾਈ, ਮੌਤ ਪਿਆ ਦੇ ਹੈ ਜੈ ਪਾਈ, ਮ੍ਰਿਤੁ ਹੋਣ ਮੇਂ ਨਹੀਂ ਕੁਛ ਸੰਸਾਰ, ਵਹਿ ਤੋ ਕਰੇ ਸਕਲ ਜੀਵ ਹਿੰਸਾ, ਯਹ ਹਿੰਸਾ ਤੁਮ ਪਰ ਵੀ ਆਵੇ, ਇੱਕ ਦਿਨ ਕਾਲ ਸੀਸ ਪਰ ਤਾਵੇ। ਕਹਿਣ ਲੱਗੇ, ਇਹ ਤੂੰ ਸੰਸਾ ਨਾ ਕਰ ਕਿ ਮੈਨੂੰ ਮੌਤ ਨਹੀਂ ਆਉਣੀਗੀ, ਪਤਾ ਨਹੀਂ ਮੌਤ ਨੇ ਕਿਹੜੇ ਵੇਲੇ ਆ ਕੇ ਗਲਾ ਦਵਾ ਲੈਣਾ ਹੈ। ਬੜੇ ਬੜੇ ਡਿਕਟੇਟਰ ਦੁਨੀਆਂ ਦੇ ਵਿੱਚ ਹੋਏ ਹੈ ਜਿਨ੍ਹਾਂ ਦਾ ਨਾਂ ਸੁਣ ਕੇ ਦੁਨੀਆਂ ਥਰ ਥਰ ਕੰਬਦੀ ਸੀ। ਪਿਆਰੇ ਅੱਜ ਕਿੱਥੇ ਹੈ, ਹੱਡੀਆਂ ਦਾ ਢੇਰ ਹੋਏ ਬੈਠੇ ਹੈ, ਉਹਨਾਂ ਦੀ ਰਾਖ ਉੱਡ ਕੇ ਸਾਡੀਆਂ ਅੱਖਾਂ ਦਾ ਸੁਰਮਾ ਬਣੀ ਬੈਠੀ ਹੈ, ਸਾਡੀ ਰਾਖ ਉਹਨਾਂ ਦੀਆਂ ਅੱਖਾਂ ਦਾ ਸੁਰਮਾ ਬਣੇਗੀ, ਕੌਣ ਇੱਥੇ ਰਹਿੰਦਾ ਹੈ? ਇਸ ਵਾਸਤੇ ਕਬੀਰ ਸਾਹਿਬ ਕਹਿੰਦੇ, ਤਨ ਕਾਗਜ਼ ਕੀ ਕੁੜੀਆ, ਬੂੰਦ ਪੜਤ ਗੱਲ ਜਾਓਗੇ, ਕਹਿਤ ਕਬੀਰ ਸੁਣੋ ਪਈ ਸਾਧੋ, ਇੱਕ ਨਾਮ ਬਿਨਾ ਪਛਤਾਓਗੇ ਜੀ। ਯਹ ਹਿੰਸਾ ਤੁਮ ਪਰ ਆਵੇ, ਇੱਕ ਦਿਨ ਕਾਲ ਸੀਸ ਪਰ ਤਾਵੇ, ਉਸ ਦਿਨ ਕਾ ਕੁਛ ਕਰੋ ਉਪਾਈ, ਤਨ ਹਾਕਮ ਕੁਛ ਕਾਮ ਨਾ ਆਈ, ਪਰ ਜੋ ਸਮਝ ਵਾਰ ਤੁਮ ਹੋਤੇ, ਤਨ ਸੇ ਕੁਛ ਕਾਰਜ ਲੇ
ਮੌਤ ਦੇ ਵਕਤ ਦੇਖਿਆ ਕਿ ਇਸਤਰੀ ਮਦਦ ਕਰੇਗੀ ਜਾਂ ਮਾਤਾ ਪਿਤਾ ਕਰਨਗੇ ਜਾਂ ਸਮਾਜ ਵਾਲੇ ਕਰਨਗੇ, ਜਿਸ ਧਨ ਨੂੰ ਇਕੱਠਾ ਕਰਨ ਦੀ ਖਾਤਰ ਬੜੇ ਬੜੇ ਠੱਗੀਆਂ ਬੇਈਮਾਨੀਆਂ ਕੀਤੀਆਂ, ਬੜੇ ਬੜੇ ਕੀਮਤੀ ਅਸੂਲ ਕੁਰਬਾਨ ਕੀਤੇ, ਕਹਿਣ ਲੱਗੇ ਉਹ ਲੋਕ ਇਲਾਜ ਦੇ ਵਿੱਚ ਰੁੜਾ ਦਿੱਤਾ, ਕਹਿਣ ਲੱਗੇ ਉਸ ਦੁੱਖ ਦੇ ਵਿੱਚ ਕਦੇ ਦੇਖਿਆ, ਪਰ ਜੇ ਤੁਸੀਂ ਸਮਝਦਾਰ ਹੁੰਦੇ ਉਸ ਧਨ ਤੋਂ ਵੀ ਕੋਈ ਕੰਮ ਲੈ ਲੈਂਦੇ ਔਰ ਉਸ ਤੋਂ ਵੀ ਕੋਈ ਫਾਇਦਾ ਉਠਾ ਲੈਂਦੇ। ਉਹ ਕੀ ਸੀਗਾ? ਮਹਾਰਾਜ ਸਾਵਣ ਸਿੰਘ ਦੱਸਦੇ ਹੁੰਦੇ ਸੀਗੇ ਕਿ ਇੱਕ ਮਹਾਤਮਾ ਸੀ, ਉਹਦਾ ਇਹ ਕਾਇਦਾ ਹੁੰਦਾ ਸੀਗਾ, ਉਹਦੇ ਘਰੋਂ ਜਾ ਕੇ ਖਾਣਾ ਖਾਂਦਾ ਸੀਗਾ, ਜਿਹੜਾ ਦਸਾਂਨਹੁੰ ਦੀ ਕਿਰਤ ਕਰਦਾ ਹੁੰਦਾ ਸੀਗਾ। ਉਹ ਇੱਕ ਦਿਨ ਜਾ ਰਹੇ ਸੀਗੇ ਜੰਗਲ ਦੇ ਵਿੱਚ, ਕਿਸੇ ਨੂੰ ਪੁੱਛਿਆ ਇਹ ਸਾਹ ਦੇ ਗ੍ਰਾਮ ਵਿੱਚ ਕੋਈ ਆਦਮੀ ਹੈ ਜਿਹੜਾ ਕੋਈ ਦਸਾਂਨਹੁੰ ਦੀ ਕਿਰਤ ਕਰਦਾ ਹੋਵੇ? ਉਹ ਕਹਿੰਦੇ ਹਾਂ ਜੀ ਹੈ, ਇੱਕ ਸ਼ਾਹੂਕਾਰ ਹੈ, ਉਹ ਅੱਛਾ ਆਦਮੀ ਹੈ। ਕਹਿੰਦੇ ਉਹਦੇ ਕੋਲ ਕਿਤਨਾ ਰੁਪਇਆ ਹੈ? ਕਹਿੰਦੇ 1,00,000 ਹੈ। ਉਹਦੇ ਕਿੰਨੇ ਬੱਚੇ ਹੈ? ਕਹਿੰਦੇ 4 ਲੜਕੇ ਹੈ। ਮਹਾਤਮਾ ਉਹ ਸ਼ਾਹੂਕਾਰ ਦੇ ਘਰੇ ਆਇਆ, ਕਹਿਣ ਲੱਗੇ ਵੀ ਅਸੀਂ ਖਾਣਾ ਖਾਣਾ ਹੈ। ਉਹਨਾਂ ਨੇ ਆਗਾ ਭਾਗਾ ਅੱਛੀ ਕੀਤੀ, ਆਓ ਭਗਤ ਕੀਤੀ ਔਰ ਬੈਠ ਗਏ। ਕਹਿਣ ਲੱਗਿਆ ਤੇਰੇ ਕਿਤਨੇ ਲੜਕੇ ਹੈ? ਕਹਿੰਦਾ ਜੀ 1 ਹੈ। ਤੇਰੇ ਕੋਲ ਕਿੰਨਾ ਧਨ ਪਦਾਰਥ ਹੈ? ਕਹਿੰਦਾ ਜੀ ਕੋਈ 40,000-50,000 ਹੈ। ਮਹਾਤਮਾ ਨੇ ਕੁਛ ਇਹਦੇ ਉਲਟ ਸੁਣਿਆ ਹੋਇਆ ਸੀਗਾ, ਉਹ ਚੁੱਪ ਕਰਕੇ ਉੱਠ ਖੜੇ। ਸ਼ਾਹੂਕਾਰ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਉੱਠ ਕਿਉਂ ਖੜੇ ਹੋ? ਤੁਸੀਂ ਬੈਠੋ, ਖਾਣਾ ਤਿਆਰ ਹੁੰਦਾ ਹੈ। ਉਹ ਕਹਿਣ ਲੱਗਿਆ ਮੈਂ ਤਾਂ ਤੈਨੂੰ ਪਰਮਾਤਮਾ ਸਮਝ ਕੇ ਆਇਆ ਸੀ, ਪਰ ਤੂੰ ਤਾਂ ਝੂਠ ਦੀ ਪੰਡ ਨਿਕਲਿਆ ਹੈ। ਦੱਸ ਮੈਂ ਤੇਰਾ ਰੁਪਇਆ ਲੈ ਕੇ ਜਾਣਾ ਹੈ? ਮੈਂ 1,00,000 ਰੁਪਇਆ ਤੇਰੇ ਕੋਲ ਸੁਣਿਆ ਹੈ, ਤੂੰ ਕਹਿੰਦਾ 1,00,000 ਹੈ, ਮੈਂ ਤੇਰੇ 4 ਸੁਣੇ ਹੈ। ਉਹ ਕਹਿੰਦਾ ਮਹਾਤਮਾ ਜੀ ਤੁਸੀਂ ਆਪਣੀ ਥਾਂ ਸੱਚੇ ਹੋ, ਮੈਂ ਆਪਣੀ ਥਾਂ ਸੱਚਾ ਹੈ। ਰੁਪਇਆ 1,00,000 ਹੀ ਹੈ, ਲੇਕਿਨ ਪਰਮਾਰਥ ਦੇ ਵਿੱਚ ਗੁਰੂ ਦੀ ਸੇਵਾ 'ਚ ਮੈਂ 40,000-50,000 ਰੁਪਇਆ ਲਾ ਚੁੱਕਿਆ ਹੈ, ਜਿਹੜਾ ਮੇਰਾ ਆਪਣਾ ਹੈ। ਬਾਕੀ ਪਤਾ ਨਹੀਂ ਗਾ ਉਹ ਮੁਕੱਦਮਿਆਂ 'ਚ ਲੱਗਣਾ ਹੈ ਜਾਂ ਬਿਮਾਰੀਆਂ ਦੇ ਵਿੱਚ ਡਾਕਟਰਾਂ ਦੀਆਂ ਫੀਸਾਂ 'ਚ ਨਿਕਲਣਾ ਹੈ, ਉਹ ਕਿੱਥੇ ਲੱਗਣਾ ਹੈ, ਉਹ ਮੇਰਾ ਕਿਸ ਤਰ੍ਹਾਂ ਹੋਇਆ? ਮੇਰਾ ਤਾਂ ਉਹੀ ਹੈ ਜੋ ਮੈਂ ਪਰਮਾਰਥ ਦੇ ਵਿੱਚ ਲਾ ਦਿੱਤਾ ਹੈ। ਬਾਕੀ 1,00,000 ਮੈਨੂੰ ਪਰਮਾਰਥ ਦੇ ਵਿੱਚ ਸਾਥ ਦਿੰਦਾ ਹੈ, ਬਾਕੀ ਸ਼ਰਾਬੀ ਕਬਾਬੀ ਹੈ, ਜੂਏਬਾਜ ਹੈ, ਉਹ ਕਰਜ਼ ਖਾ ਹੈ, ਮੈਂ ਕਿਸ ਤਰ੍ਹਾਂ ਕਹਾਂ ਕਿ ਮੇਰੇ 4 ਲੜਕੇ ਹੈ, ਮੇਰਾ ਤਾਂ 1 ਹੀ ਹੈ। ਮਹਾਤਮਾ ਨੇ ਕੰਨ ਨਹੀਂ ਖੁਰਕਿਆ, ਚੁੱਪ ਕਰਕੇ ਖਾਣਾ ਖਾ ਲਿਆ। ਸੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਅਗਰ ਤੁਸੀਂ ਸਮਝਦਾਰ ਹੁੰਦੇ ਤਾਂ ਉਸ ਧਨ ਤੋਂ ਕੰਮ ਲੈ ਲੈਂਦੇ ਹੈ। ਫਿਰ ਆਪ ਦੱਸਣਗੇ ਅੱਗੇ ਗੁਰੂ ਕਿਸੇ ਦੇ ਧਨ ਦਾ ਭੁੱਖਾ ਨਹੀਂ, ਉਹ ਕਿਸੇ ਦੀ ਸੂਈ ਤੱਕ ਨਹੀਂ ਲੈਂਦਾ ਗਾ। ਹਾਂ ਸਾਥੋਂ ਮਦਦ ਜ਼ਰੂਰ ਗਰੀਬਾਂ ਦੀ ਕਰਾ ਦਿੰਦਾ ਹੈ, ਕੋਈ ਮਕਾਨ ਬਣਵਾ ਦਿੰਦਾ ਹੈ, ਇਸ ਵਾਸਤੇ ਉਹਦੇ ਕੋਲ ਤਾਂ ਆਪ ਹੀ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਛ ਹੁੰਦਾ ਹੈ। ਮਹਾਤਮਾ ਸੇਵਕ ਦੀ ਸੂਈ ਤੱਕ ਗ੍ਰਹਿਣ ਨਹੀਂ ਕਰਦਾ, ਬੇਸ਼ੱਕ ਉਹ ਮਜ਼ਦੂਰੀ ਕਰੇ, ਬੇਸ਼ੱਕ ਉਹ ਖੇਤੀ ਕਰੇ। ਤੁਸੀਂ ਮਹਾਤਮਾ ਦੀਆਂ ਹਿਸਟਰੀਆਂ ਪੜ੍ਹ ਕੇ ਦੇਖ ਲਓ, ਮਹਾਤਮਾ ਨੇ ਗੁਰੂ ਨਾਨਕ ਨੇ ਖੇਤੀ ਕਰਾਈ ਕਰਤਾਰਪੁਰ ਗਾਉਂ ਦੇ ਅੰਦਰ, ਕਬੀਰ ਸਾਹਿਬ ਨੇ ਤਾਣਾ ਹੁਣਿਆ, ਰਵਿਦਾਸ ਨੇ ਜੁੱਤੀਆਂ ਗੱਠੀਆਂ। ਇਸੇ ਤਰ੍ਹਾਂ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਆ। ਸਾਡੇ ਗੁਰੂ ਬਾਬਾ ਸਾਵਣ ਸਿੰਘ ਜੀ, ਮਹਾਰਾਜ ਕਿਰਪਾਲ ਜੀ ਇੱਕ ਮਿਸਾਲ ਬਣ ਕੇ ਦੁਨੀਆਂ ਵਿੱਚ ਆਏ, ਉਹਨਾਂ ਨੇ ਵੀ ਆਪਣੀਆਂ ਪੈਨਸ਼ਨਾਂ ਦੇ ਵਿੱਚ ਗੁਜ਼ਾਰੇ ਕੀਤੇ। ਸੋ ਮਹਾਤਮਾ ਤਾਂ ਇੱਕ, ਗੁਰੂ ਨਾਨਕ ਕਹਿੰਦੇ ਆ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਲੱਗੀ ਪਾਏ, ਭਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਜੀ।
पर जो समझे वार तुम होते तो तन से कुछ कारज लेते। कारज लेना जय पाई गुर सेवा में खर्च तेरे तन का उन पे तन